ज्ञान प्यान किछ कर्म ना जाना नाहे ना निर्मल करनी साध संगत कै अंचल लावू बिखमा नदी जाए तरनी ज्ञान ध्यान किछ कर्म न जाना सार न जाना तेरी सब ते वड्डा सतगुर नानक जिन कल राखी मेरी एक ओंकार सतनाम करता पुरख निर्भौ निर्वैर अकाल मूरत अजूनी सैभं गुरप्रसाद गौरी महला पंजवां राख पिता प्रभ मेरे मोहे निर्गुण सब गुण तेरे राख पिता प्रभ मेरे मोहे निर्गुण सब गुण तेरे रहाओ पंच बेखादी एक गरीबा राखो राखन हारे खेद करें अरबौ संतावें आयो शरना तुहारे कर कर हार्यो अनक बहु भांती छोड़ें कतहुं नाहीं एक बात सुना ताकि उटा साध संग मिट जाहीं कर कृपा संत मिले मोहे तिन ते धीरज पाया संति मंत दियो मोहे निरपौ गुरु का शब्द कमाया जीत लए ओए महा बिखादी सहज सुहेली वाणी कहो नानक मन भया प्रगासा पाया पद निर्वाणी जीत लए ओए महा बिखादी सहज सुहेली बाणी कहो नानक मन भया प्रगासा पाया पद निर्वाणी परम सन्मान योग गुरु प्यारी साध संगत जीओ शामा वेले दे गुरमुख समागम की हाजरी भरदियां होइयां मेरे तो पहला आप जी ने सत्कार योग भाई साहब होना दे जत्थे पासों सिख कौम का वडमुला इतिहास बड़े प्यार नाल टिकाव बैठ के सरवण किया शहीदां दे सरताज गुरु पंजवें पातशाह गुरु अर्जन साहिब महाराज जी की रसना तो उचारण किया होया शब्द जिसका पाठ आप सारिया ने ही हुणे सरवण किया आओ इस पावन शब्द की विचार आरंभ करन तो पहला सारी संगत अदब सत्कार दे नाल फतेह प्रवान करो जी वाहिगुरु जी का खालसा वाहिगुरु जी की फतेह सत संगत जी ये शब्द
ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਗੌੜੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 206 ਦੇ ਉੱਪਰ ਸੁਭਾਵਮਾਨ ਹੈ। ਗੁਰਦੇਵ ਜੀ ਨੇ ਇਸ ਪਾਵਨ ਸ਼ਬਦ ਵਿੱਚ ਮਾਨਵਤਾ ਨੂੰ, ਮਨੁੱਖਤਾ ਨੂੰ ਕੀ ਉਪਦੇਸ਼ ਦਿੱਤਾ ਹੈ? ਗੁਰਬਾਣੀ ਦਾ ਇੱਕ ਇੱਕ ਸ਼ਬਦ, ਇੱਕ ਇੱਕ ਤੁਕ ਮਨੁੱਖਤਾ ਵਾਸਤੇ ਜ਼ਿੰਦਗੀ ਜਿਉਣ ਦਾ ਉਪਦੇਸ਼ ਹੈ। ਜ਼ਿੰਦਗੀ ਨੂੰ ਕਿਵੇਂ ਜਿਉਣਾ ਹੈ, ਜ਼ਿੰਦਗੀ ਨੂੰ ਕਿੱਦਾਂ ਸਮਝਣਾ ਹੈ? ਅਸੀਂ ਪੜ੍ਹੇ ਲਿਖੇ ਵੀਰ ਭੈਣ ਭਰਾ ਬੈਠੇ ਜੇ, ਦੁਨੀਆ ਦੇ ਅੰਦਰ ਜਦੋਂ ਅਸੀਂ ਮਾਰਕੀਟ ਵਿੱਚ ਜਾਂਦੇ ਹਾਂ, ਬਾਜ਼ਾਰ ਜਾਂਦੇ ਹਾਂ, ਕੋਈ ਵੀ ਚੀਜ਼ ਜਦੋਂ ਅਸੀਂ ਖਰੀਦਦੇ ਹਾਂ, ਉਹਦੇ ਨਾਲ ਇੱਕ ਨਿੱਕੀ ਜਿਹੀ ਉਹ ਕਿਤਾਬ ਦਿੰਦੇ ਨੇ, ਇੱਕ ਬੁੱਕ ਦਿੰਦੇ ਨੇ। ਤੁਸੀਂ ਮੋਬਾਈਲ ਲੈਣ ਜਾਓ, ਤੁਸੀਂ ਲੈਪਟਾਪ ਲੈਣ ਜਾਓ, ਤੁਸੀਂ LCD LED ਲੈਣ ਜਾਓ, ਈਵਨ ਇੱਥੋਂ ਤੱਕ ਤੁਸੀਂ ਗੱਡੀ ਨਵੀਂ ਲੈ ਕੇ ਜਾਂਦੇ, ਉਹਦੇ ਵਿੱਚ ਵੀ ਇੱਕ ਕਿਤਾਬ ਹੈ ਨਿੱਕੀ ਜਿਹੀ। ਉਹ ਕਾਹਦੇ ਲਈ ਹੈ? ਉਹ ਇਨਫੋਰਮੇਸ਼ਨ ਹੈ, ਉਹ ਜਾਣਕਾਰੀ ਹੈ। ਇਕੱਲੇ ਇਕੱਲੇ ਦੇ ਘਰ ਜਾ ਕੇ ਕੰਪਨੀ ਸਮਝਾਉਣੋਂ ਤਾਂ ਰਹੀ ਵੀ ਤੁਸੀਂ ਇਸ ਮੋਬਾਈਲ ਦੀ ਵਰਤੋਂ ਕਿਵੇਂ ਕਰਨੀ ਹੈ, ਇਸ ਲੈਪਟਾਪ ਨੂੰ ਤੁਸੀਂ ਕਿਵੇਂ ਵਰਤਣਾ ਹੈ, ਜੇ ਤੁਹਾਨੂੰ ਕੋਈ ਮੁਸ਼ਕਲ ਆਵੇ, ਆਪ ਨਹੀਂ ਪੜ੍ਹੇ ਤਾਂ ਕਿਸੇ ਪੜ੍ਹੇ ਲਿਖੇ ਦੀ ਹੈਲਪ ਲੈ ਲਓ। ਬੈਟਰੀ ਕਿਵੇਂ ਪਾਉਣੀ ਹੈ, ਚਾਰਜ ਕਿਵੇਂ ਕਰਨਾ ਹੈ, ਗੱਡੀ ਦੇ ਫੰਕਸ਼ਨਾਂ ਬਾਰੇ ਨਾ ਪਤਾ ਲੱਗੇ, ਲੈਪਟਾਪ ਦੇ ਫੰਕਸ਼ਨਾਂ ਬਾਰੇ ਨਾ ਪਤਾ ਲੱਗੇ, ਤੁਸੀਂ ਇਹਦੇ ਵਿੱਚੋਂ ਪੜ੍ਹ ਲਓ। ਸਾਨੂੰ ਸਰੀਰ ਮਿਲ ਗਿਆ, ਇਹਦੀ ਵਰਤੋਂ ਕਿਵੇਂ ਕਰਨੀ ਹੈ, ਗੁਰੂ ਸਾਹਿਬ ਜੀ ਨੇ ਗਿਆਨ ਦੇ ਦਿੱਤਾ ਸਾਨੂੰ। ਅੱਖਾਂ ਤਾਂ ਹੈਗੀਆਂ ਨੇ, ਇਹਨਾਂ ਨਾਲ ਵੇਖਣਾ ਕਿਵੇਂ? ਜ਼ੁਬਾਨ ਤਾਂ ਹੈ, ਇਹਦੇ ਨਾਲ ਬੋਲਣਾ ਕਿਵੇਂ? ਪੈਰ ਤਾਂ ਹੈਗੇ ਨੇ, ਪਰ ਇਹਦੇ ਨਾਲ ਤੁਰਨਾ ਕਿਵੇਂ? ਜਦੋਂ ਮਨੁੱਖ ਗਲਤ ਰਸਤੇ 'ਤੇ ਤੁਰਦਾ, ਤੁਰਦੇ ਉਦੋਂ ਵੀ ਪੈਰ ਹੀ ਨੇ। ਜਦੋਂ ਚੰਗੇ ਰਸਤੇ 'ਤੇ ਤੁਰਦਾ, ਤੁਰਦੇ ਉਦੋਂ ਵੀ ਪੈਰ ਹੀ ਨੇ। ਪਰ ਚੰਗੇ ਰਸਤੇ 'ਤੇ ਤੁਰਨ ਵਾਲੇ ਪੈਰਾਂ ਨੂੰ ਮੁਬਾਰਕ ਆਖਿਆ। ਜਦੋਂ ਵਿਗਾੜਦੀ ਹੈ ਉਦੋਂ ਵੀ ਜ਼ੁਬਾਨ ਹੀ ਵਿਗਾੜਦੀ ਹੈ, ਜਦੋਂ ਜੋੜਦੀ ਹੈ ਉਦੋਂ ਵੀ, ਬੋਲੋ ਜੀ, ਜ਼ੁਬਾਨ ਜੋੜਦੀ ਹੈ। ਤੂੰ ਗੁਰਦੇਵ ਜੀ ਨੇ ਆਖਿਆ ਜ਼ਿੰਦਗੀ ਨੂੰ ਕਿਵੇਂ ਜੂਣਾ ਹੈ, ਤੂੰ ਕਿਵੇਂ ਸਮਾਜ ਵਿੱਚ ਰਹਿਣਾ ਹੈ। ਇਹ ਗੁਰਬਾਣੀ ਪੜ੍ਹ, ਸਮਝ, ਸਿੱਖ। ਤੈਨੂੰ ਕਿਸੇ ਦੇ ਮੁਹਤਾਜ ਹੋਣ ਦੀ ਲੋੜ ਨਹੀਂ। ਤੂੰ ਆਪਣੇ ਘਰ ਬਾਣੀ ਦੀ ਪੋਥੀ ਰੱਖ, ਬਾਣੀ ਸਮਝ, ਪੜ੍ਹ, ਲਿਖ, ਵਿਚਾਰ। ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਵਿੱਚ ਬਕਾਇਦਾ ਲਿਖਿਆ, ਜਿਹਨਾਂ ਵਿੱਚ ਤੁਹਾਡੇ ਵਿੱਚੋਂ ਪੜ੍ਹੀ ਹੋਏਗੀ, ਹਰ ਸਿੱਖ ਦਾ ਨਿਰੰਤਰ ਸਹਿਜ ਪਾਠ ਜਾਰੀ ਰਹੇ। ਤੁਸੀਂ ਪੜ੍ਹ ਲਓ ਕਿਤੇ ਲੈ ਕੇ, ਉਹਦੇ ਵਿੱਚ ਕੀ ਲਿਖਿਆ? ਹਰ ਸਿੱਖ ਦਾ, ਬੋਲੋ ਸਾਰੇ, ਹਰ ਸਿੱਖ ਦਾ ਨਿਰੰਤਰ ਸਹਿਜ ਪਾਠ ਜਾਰੀ ਰਹੇ। ਇੱਥੇ ਅਸੀਂ ਕੁਤਾਹੀ ਖਾ ਗਏ। ਸਹਿਜ ਪਾਠ ਜਾਰੀ ਟਾਵੇਂ ਪਰਿਵਾਰਾਂ ਦੇ ਘਰਾਂ ਵਿੱਚ ਹੈ। ਪਾਠ ਅਸੀਂ ਕਰਵਾਉਂਦੇ ਹਾਂ, ਕੋਈ ਜਨਮ ਹੋ ਗਿਆ ਤਾਂ, ਕੋਈ ਚੜ੍ਹਾਈ ਕਰ ਗਿਆ ਤਾਂ, ਆਨੰਦ ਕਾਰਜ ਹੈ ਤਾਂ, ਘਰ ਨਵਾਂ ਲਿਆ ਤਾਂ। ਸਾਨੂੰ ਭੁਲੇਖਾ ਪੈ ਗਿਆ ਵੀ ਸ਼ਾਇਦ ਬਾਣੀ ਇਹਨਾਂ ਕਾਰਜਾਂ ਦੇ ਮੌਕੇ ਪੜ੍ਹਨੀ, ਇਹ ਤਾਂ ਛੱਡ ਹੀ ਬੈਠੇ, ਇਹ ਇੰਨਾ ਇੱਦਾਂ ਜ਼ਰੂਰੀ ਹੈ ਜਿੱਦਾਂ ਤੇਰੇ ਸਰੀਰ ਨੂੰ ਖੁਰਾਕ ਜ਼ਰੂਰੀ ਹੈ, ਇਹ ਇੱਦਾਂ ਜ਼ਰੂਰੀ ਹੈ ਜਿਵੇਂ ਤੇਰੇ ਸਰੀਰ ਦਾ ਇਸ਼ਨਾਨ ਜ਼ਰੂਰੀ ਹੈ, ਇਹ ਇੱਦਾਂ ਜ਼ਰੂਰੀ ਹੈ ਜਿਵੇਂ ਜਿਉਂਦੇ ਰਹਿਣ ਲਈ ਸਾਹ ਲੈਣਾ ਜ਼ਰੂਰੀ ਹੈ। ਜਪਜੀ ਸਾਹਿਬ ਦੀ ਅਖੀਰਲੀ ਪੌੜੀ ਤੋਂ ਬਾਅਦ ਸਲੋਕ ਪੜ੍ਹਦੇ ਹਾਂ ਆਪਾਂ, ਕਿਹੜਾ ਹੈ ਜੀ? ਭਲਾ ਪਵਣ ਗੁਰੂ ਪਾਣੀ ਪਿਤਾ। ਇਹ ਦੋ ਵਾਰ ਆਇਆ ਸਲੋਕ ਗੁਰੂ ਗ੍ਰੰਥ ਸਾਹਿਬ, ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ, ਇੱਕ ਵਾਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਗੁਰੂ ਅੰਗਦ ਸਾਹਿਬ ਜੀ ਦੇ 63 ਸਲੋਕ ਨੇ ਗੁਰੂ ਗ੍ਰੰਥ ਸਾਹਿਬ, ਉਹਨਾਂ ਦਾ ਸ਼ਬਦ ਨਹੀਂ ਹੈ ਗੁਰੂ ਗ੍ਰੰਥ ਸਾਹਿਬ 'ਚ ਕੋਈ, ਸਿਰਫ ਸਲੋਕ ਨੇ। ਇੱਕ ਜਗ੍ਹਾ ਪਵਣ ਗੁਰੂ ਹੈ, ਗੁਰੂ ਅੰਗਦ ਸਾਹਿਬ ਜੀ ਨੇ ਪੌਣ ਗੁਰੂ ਲਿਖਿਆ। ਥੋੜ੍ਹਾ ਜਿਹਾ ਅੱਖਰਾਂ ਦਾ ਫਰਕ ਹੈ, ਪਰ ਅਰਥ ਦੋਵਾਂ ਦੇ ਸੇਮ ਨੇ, ਬਰਾਬਰ ਨੇ। ਹੁਣ ਪਵਣ ਗੁਰੂ ਕੀ? ਸਿੱਖ ਦਾ ਪਵਣ ਗੁਰੂ ਹੈ, ਹਵਾ ਗੁਰੂ ਹੈ। ਬਾਣੀ 'ਤੇ ਕਹਿ ਰਹੀਏ ਗਾਵੇਂ ਖੁਦ ਨੂੰ ਪੌਣ ਪਾਣੀ ਬੈਸੰਤਰ ਦਾਵੇ ਰਾਜਾ। ਹਵਾ ਵੀ ਗਾ ਰਹੀ ਹੈ, ਪਾਣੀ ਵੀ ਗਾ ਰਹੀ ਹੈ, ਅੱਗ ਵੀ ਉਹਨੂੰ ਗਾ ਰਹੀ ਹੈ, ਫਿਰ ਹਵਾ ਸਾਡਾ ਗੁਰੂ ਕਿੱਦਾਂ ਹੋਇਆ? ਇਹਨੂੰ ਸੌਖਾ ਸਮਝੋ। ਜਿੰਨੇ ਵੀ ਲੋਕ ਭੁੱਖੜ ਢਾਲ 'ਤੇ ਬੈਠੇ ਨੇ, ਮਰਨ ਵਰਤ 'ਤੇ ਬੈਠਦੇ ਨੇ, ਉਹ ਕੀ ਤਿਆਗਦੇ ਨੇ? ਰੋਟੀ ਤਿਆਗਦੇ ਨੇ, ਪਾਣੀ ਨਹੀਂ ਛੱਡ ਪਾਉਂਦੇ, ਕਿਉਂਕਿ ਪਾਣੀ ਸਰੀਰ ਨੂੰ ਨਹੀਂ ਮਿਲੇਗਾ ਤਾਂ ਸਰੀਰ ਖਤਮ ਹੋ ਜਾਏਗਾ। ਪਾਣੀ ਦਾ ਵੀ ਬੰਦਾ ਵਰਤ ਰੱਖ ਸਕਦਾ, ਪਰ ਥੋੜ੍ਹੇ ਚਿਰ ਵਾਸਤੇ, ਕਹੇ 2 ਘੰਟੇ ਨਹੀਂ ਪੀਣਾ, 3 ਘੰਟੇ ਨਹੀਂ ਪੀਣਾ, 4 ਘੰਟੇ ਨਹੀਂ ਪੀਣਾ, ਪਰ ਕੋਈ ਸਾਹ ਲੈਣ ਦਾ ਵਰਤ ਵੀ ਰੱਖ ਸਕਦਾ।
ਬੋਲੋ ਜੀ। ਉਹ ਕਵੇ ਜੀ ਮੈਂ ਹੁਣ ਬਸ ਸਾਹ ਨਹੀਂ ਲੈਣਾ, ਬਸ ਇਹਦਾ ਵੀ ਮੈਂ ਵਰਤ ਰੱਖ ਲਿਆ, ਰੱਖ ਰੱਖ ਸਕਦਾ? ਆਕਸੀਜਨ ਦਾ ਵੀ ਕੋਈ ਵਰਤ ਰੱਖ ਸਕਦਾ? ਰੋਟੀ ਦਾ ਵਰਤ ਰੱਖਿਆ ਜਾ ਸਕਦਾ? ਕੋਈ ਹਫ਼ਤਾ ਨਾ ਖਾਵੇ, 15 ਦਿਨ ਨਾ ਖਾਵੇ, ਮਹੀਨਾ ਵੀ ਕੱਢ ਸਕਦਾ ਕੋਈ ਐਨਰਜੀ ਵਾਲੀ ਟੈਬਲੇਟ ਲੈ ਕੇ ਉਹ ਤਰੀਕੇ ਨਾਲ ਸਰੀਰ ਨੂੰ ਉਹ ਬਚਾ ਸਕਦਾ? ਪਰ ਹੁਣ ਕੋਈ ਬੰਦਾ ਕਵੇ ਜੀ ਮੈਂ ਸਾਹ ਲੈਣਾ ਹੀ ਬੰਦ ਕਰ ਦੇਣਾ, ਅਤੇ ਬਾਣੀ ਦਾ ਵਾਕ ਹੈ ਹਮ ਆਦਮੀ ਹਾਂ ਇੱਕ ਦਮੀ, ਦਮ ਦਾ ਆਦਮੀ ਹੈ ਜਿਹਨੂੰ ਆਪਾਂ ਆਦਮੀ ਕਹਿੰਦੇ ਹਾਂ ਨਾ, ਹੱਥ ਪੈਰ ਮੱਥਾ ਅੱਖਾਂ ਇਹ ਆਦਮੀ ਹੈ, ਇਹ ਆਦਮੀ ਨਹੀਂ ਹੈ, ਦਮ ਆਦਮੀ ਹੈ। ਦਮ ਆ ਜਾਏ ਤਾਂ ਡਾਕਟਰ ਕਹਿੰਦੇ ਤੁਹਾਡਾ ਮਰੀਜ਼ ਫਲਾਣੇ ਰੂਮ 'ਚ, ਦਮ ਨਾ ਆਇਆ ਤਾਂ ਕੀ ਕਹਿੰਦੇ ਨੇ ਡੈੱਡ ਬੋਡੀ ਲੈ ਜਾਓ, ਫਿਰ ਨਾਂ ਥੋੜ੍ਹਾ ਲੈਂਦੇ ਅਗਲੇ, ਕਹਿੰਦੇ ਉੱਥੇ ਪਿਆ ਪੋਸਟਮਾਰਟਮ ਹੋਣਾ ਭਾਈ, ਸਵੇਰੇ ਆਣ ਕੇ ਆਪਣੀ ਡੈੱਡ ਬੋਡੀ ਲੈ ਜਾਓ। ਆਪਾਂ ਕੀ ਹੱਦ ਹੋ ਗਈ ਤੁਸੀਂ ਡੈੱਡ ਬੋਡੀ ਕਹਿੰਦੇ ਹੋ? ਸਾਡਾ ਤਾਂ ਤਾਇਆ ਹੈ, ਸਾਡਾ ਤਾਂ ਪੁੱਤ ਹੈ, ਸਾਡਾ ਤਾਂ ਭਰਾ ਹੈ, ਸਾਡਾ ਤਾਂ ਚਾਚਾ, ਉਹ ਕਹਿੰਦੇ ਹੋਏਗਾ, ਪਰ ਹੁਣ ਡੈੱਡ ਹੈ। ਇਹ ਉਦੋਂ ਤੱਕ ਸੀ ਜਦੋਂ ਤੱਕ ਸਵਾਸ ਚੱਲਦੀ ਸੀ, ਸਾਹ ਚੱਲਦੇ ਸੀ। ਹਮ ਆਦਮੀ ਹਾਂ ਇੱਕ ਦਮੀ, ਇੱਦਾਂ ਸਮਝੋ ਜਿਵੇਂ ਸਰੀਰ ਨੂੰ ਜਿਉਂਦੇ ਰੱਖਣ ਲਈ ਆਕਸੀਜਨ ਜ਼ਰੂਰੀ ਹੈ, ਸਰੀਰ ਨੂੰ ਜਿਉਂਦੇ ਰੱਖਣ ਲਈ ਜਿੰਨੀ ਆਕਸੀਜਨ ਜ਼ਰੂਰੀ ਹੈ, ਮਨ ਨੂੰ ਜਿਉਂਦਾ ਰੱਖਣ ਲਈ ਇੰਨੇ ਗੁਰੂ ਜ਼ਰੂਰੀ ਹੈ, ਗਿਆਨ ਜ਼ਰੂਰੀ ਹੈ, ਵਿਚਾਰ ਜ਼ਰੂਰੀ ਹੈ। ਪਵਣ, ਫਿਰ ਪੜ੍ਹੋ, ਪਵਣ ਗੁਰੂ, ਹਵਾ ਸਾਡਾ ਗੁਰੂ ਨਹੀਂ, ਹਵਾ ਜਿੰਨੀ ਸਰੀਰ ਲਈ ਜ਼ਰੂਰੀ ਹੈ ਇੰਨਾ ਗੁਰੂ ਮਨ ਨੂੰ ਜਿਉਂਦਾ ਰੱਖਣ ਲਈ ਜ਼ਰੂਰੀ ਹੈ। ਜੇ ਮਨ ਨੂੰ ਗੁਰੂ ਦੀ ਵਿਚਾਰ ਨਹੀਂ ਮਿਲੇਗੀ, ਮਨ ਡੈੱਡ ਹੈ, ਮਨ ਮੁਰਦਾ ਹੈ, ਮਨ ਲਾਸ਼ ਹੈ। ਕੋਈ ਸਰੀਰ ਨੂੰ 100 ਸਾਲ ਵੀ ਰੱਖ ਲਵੇ, 50 ਸਾਲ ਵੀ ਰੱਖ ਲਵੇ, ਪਰ ਅਗਲੇ ਕੀ ਕਹਿੰਦੇ ਨੇ, ਕਹਿੰਦੇ ਭਾਰੀ ਜਿਉਂਦਾ ਥੋੜ੍ਹਾ ਹੈ, ਅੰਦਰ ਤੇ ਦਾ ਖਤਮ ਪਿਆ, ਮਰਿਆ ਪਿਆ। ਆਪਾਂ ਰੋਜ਼ ਪੜ੍ਹਦੇ ਹਾਂ ਆਖਾਂ ਜੀਵਾਂ, ਸਾਰੇ ਬੋਲੋ ਇੱਕ ਵਾਰ, ਆਖਾਂ ਵਿਸਰੈ। ਹੁਣ ਰੱਬ ਭੁੱਲ ਜਾਂਦਾ ਤਾਂ ਬੰਦਾ ਫਿਜ਼ੀਕਲ ਤੌਰ 'ਤੇ ਮਰ ਜਾਂਦਾ, ਸਰੀਰਕ ਮੌਤ ਹੋ ਜਾਂਦੀ ਹੈ, ਕਿਤੇ ਕਿਹੜੀ ਮੌਤ ਮਰ ਜਾਂਦਾ ਬੰਦਾ, ਬਸ ਆਖਦਾ ਤਾਂ ਮੈਂ ਜਿਉਂਦਾ, ਵਿਸਰਦਾ ਤਾਂ ਮੈਂ ਮਰ ਜਾਂਦਾ ਹਾਂ। ਤੋ ਆਓ ਸਾਧ ਸੰਗਤ, ਗੁਰੂ ਨੇ ਦੁਨੀਆਂ ਨੂੰ ਰਾਹ ਦਿੱਤਾ, ਵਿਖਾਇਆ ਵੀ ਕਿੱਦਾਂ ਜ਼ਿੰਦਗੀ ਨੂੰ ਜਿਉਣਾ, ਜ਼ਿੰਦਗੀ ਜੂ ਕੇ ਵਿਖਾਈ ਹੈ, ਹੰਢਾ ਕੇ ਵਿਖਾਇਆ ਕਿੱਦਾਂ ਜ਼ਿੰਦਗੀ ਦਾ ਸਵਾਦ ਲੈਣਾ। ਮੁਸ਼ਕਲਾਂ ਆਉਣਗੀਆਂ ਜ਼ਿੰਦਗੀ 'ਚ, ਦੁੱਖ ਪਰੇਸ਼ਾਨੀਆਂ ਆਉਣਗੀਆਂ, ਤੂੰ ਇੰਨਾ ਤਗੜਾ ਹੋ ਜਾ ਕਿ ਦੁੱਖ ਪਰੇਸ਼ਾਨੀਆਂ ਤੈਨੂੰ ਛੋਟੀਆਂ ਲੱਗਣ, ਇੰਨਾ ਮਜ਼ਬੂਤ ਹੋ ਜਾ ਕਿ ਤੇਰੇ ਸਾਹਮਣੇ ਨਵੀਂ ਤੋਂ ਨਵੀਂ ਚੁਣੌਤੀ ਹੈ, ਜੀਵਨ ਹੀ ਇਸ ਨੂੰ ਕਹਿੰਦੇ ਨੇ। ਲੋਕ ਦਰਿਆਵਾਂ ਨੂੰ ਵੇਖਣ ਨਹੀਂ ਜਾਂਦੇ, ਉਹਨਾਂ ਝਰਨਿਆਂ ਨੂੰ ਵੇਖਣ ਜਾਂਦੇ, ਉਹਨਾਂ ਪਹਾੜਾਂ ਨੂੰ ਵੇਖਣ ਜਾਂਦੇ, ਜਿਨ੍ਹਾਂ ਦੇ ਜਦੋਂ ਪਾਣੀ ਦੇ ਗਾੜੀ ਕੋਈ ਪਹਾੜ ਆਉਂਦਾ ਹੈ, ਕੋਈ ਪੱਥਰ ਦਾ ਟੁਕੜਾ ਆਉਂਦਾ ਤਾਂ ਫੁਹਾਰੇ ਦਾ ਰੂਪ ਬਣ ਜਾਂਦਾ, ਲੋਕ ਨਜ਼ਾਰਾ ਵੇਖਣ ਜਾਂਦੇ। ਆਮ ਦਰਿਆ ਨੂੰ ਕੌਣ ਵੇਖਣ ਜਾਂਦਾ? ਆਮ ਜ਼ਿੰਦਗੀ ਦੀਆਂ ਲੋਕ ਥੋੜ੍ਹਾ ਉਦਾਹਰਣਾਂ ਦਿੰਦੇ ਨੇ। ਜਿੰਨੀਆਂ ਤੁਸੀਂ ਮੁਸ਼ਕਲਾਂ ਸਹੀ ਆਉਣਗੀਆਂ, ਓਨਾ ਹੀ ਜੀਵਨ ਤੁਹਾਡਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੋ। ਹੁਣ ਜਿਹੜੇ ਬਜ਼ੁਰਗਾਂ ਨੇ ਮਿੱਟੀ ਦੇ ਦੀਵੇ ਬਾਲ ਬਾਲ ਕੇ ਪੜ੍ਹੇ ਨੇ, ਉਹ ਕਿੱਦਾਂ ਕਹਿੰਦੇ ਆਪਣੇ ਨਿਆਣਿਆਂ ਨੂੰ, ਕਾਕਾ ਇੱਕ ਕਮਰੇ 'ਚ 2-2 ਲਾਈਟਾਂ ਲੱਗੀਆਂ ਤੇਰੇ ਵੇਲੇ। ਅਸੀਂ ਮਿੱਟੀ ਦੇ, ਉੱਚੀ ਬੋਲੋ, ਇਹ ਤਾਂ ਨਹੀਂ ਸ਼ਬਦ ਸਾਹ ਸੰਗਤ ਸੌਖਾ ਹੀ ਹੈ, ਮਿੱਟੀ ਦੇ ਦੀਵੇ ਬਾਲ ਬਾਲ ਕੇ ਪੜ੍ਹੇ ਹਾਂ। ਜਦੋਂ 2 ਘੰਟੇ ਪੜ੍ਹ ਕੇ ਉੱਠਣਾ ਅਤੇ ਐਂ ਹੱਥ ਮਾਰਨਾ ਅਤੇ ਹੱਥਾਂ ਨੂੰ ਕਾਲਖ ਲੱਗ ਜਾਣੀ। ਪੁੱਤਰਾ, ਅਸੀਂ ਕੱਪੜਿਆਂ ਨੂੰ ਤਰਸਦੇ ਸੀ, ਇੱਕ ਇੱਕ ਕੱਪੜਾ 2-2 ਭਰਾ ਵੀ ਰਲ ਕੇ ਪਾ ਲੈਂਦੇ ਸੀ। ਅੱਜ ਸਵੇਰੇ ਉੱਠ ਕੇ ਐਨਰਜੀ ਇਸ ਕੰਮ 'ਤੇ ਵੇਸਟ ਹੁੰਦੀ ਹੈ ਵੀ ਮੈਚਿੰਗ ਸੈੱਟ ਨਹੀਂ ਬੈਠ ਰਹੀ, ਕਿਹੜਾ ਕੱਪੜਾ ਮੈਂ ਕਿਸ ਵਕਤ ਪਾਵਾਂ, ਇੰਨਾ ਕੁਝ ਮਿਲਿਆ ਤੈਨੂੰ। ਸਾਡੇ ਕੋਲ ਇਹ ਨਹੀਂ ਸੀ। ਇੱਦਾਂ ਉਹ ਬਜ਼ੁਰਗ ਦੱਸਦੇ ਨੇ ਜਿਨ੍ਹਾਂ ਨੇ ਅੱਤ ਦੀ ਗਰੀਬੀ ਪਿੰਡੇ ਚੰਡਾਈ ਹੈ, ਅੱਤ ਦੀ ਮੁਸ਼ਕਲ ਹੈ, ਭਾਵੇਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ 10 ਪਾਤਸ਼ਾਹੀਆਂ ਨੇ, ਪਰ ਸਭ ਤੋਂ ਵੱਧ ਉਦਾਹਰਨਾਂ ਉਹਨਾਂ ਗੁਰੂ ਵਿਅਕਤੀਆਂ ਦੇ ਦਿੱਤੀਆਂ ਜਾਂਦੀਆਂ ਜਿਨ੍ਹਾਂ ਨੇ ਪਿੰਡੇ 'ਤੇ ਸਭ ਕੁਝ ਹੰਢਾਇਆ, ਤੱਤੀ ਤਵੀ 'ਤੇ ਬੈਠੇ, ਦੇਗ ਚੋਬਾਲਾ ਖਾਧਾ। ਕਲਗੀਧਰ ਪਾਤਸ਼ਾਹ ਨੇ ਪੁੱਤਰ ਕੁਰਬਾਨ ਕੀਤੇ। ਪਿਤਾ, ਮੈਂ ਅਕਸਰ ਇੱਕ ਗੱਲ ਬੇਨਤੀ ਕਰਦਾ ਹੁੰਦਾ, ਆਪਾਂ ਸਾਰੇ ਘਰ ਬਣਾਉਂਦੇ ਹਾਂ ਕਾਹਦੇ ਲਈ? ਰਹਿਣ ਲਈ। ਥੋੜ੍ਹਾ ਜਿਹਾ ਤਵੱਜੋ ਦੇ ਕੇ ਇਸ ਗੱਲ ਨੂੰ ਸੁਣੀ, ਘਰ ਬਣਾਉਣੇ ਕਾਹਦੇ ਲਈ? ਰਹਿਣ ਲਈ। ਘਰ ਬਣਾਇਆ ਹੋਵੇ ਰਹਿਣ ਲਈ, ਪਰਿਵਾਰ ਦੇ ਇੱਕ ਜੀਦਾ ਵੀ ਅੰਤਲਾ ਸਮਾਂ ਉਸ ਘਰ ਵਿੱਚ ਨਾ ਆਵੇ, ਇੱਕ ਵੀ ਪਰਿਵਾਰ ਦੇ ਜੀ ਦੀ ਡੈਥ ਉਸ ਘਰ 'ਚ ਨਾ ਹੋਵੇ। ਅਤੇ ਲੋਕ ਕੀ ਕਹਿਣਗੇ, ਸਰਾਹ ਮਿਲਿਆ ਭਾਈ ਪਰਿਵਾਰ ਨੂੰ, ਮਾੜੇ ਕਰਮ ਕੀਤੇ ਹੋਣੇ ਨੇ। ਹੁਣ ਸੁਰਤ ਲੈ ਜਾਓ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ 'ਚ, ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਸੋਚ ਨੂੰ, ਉਪਦੇਸ਼ ਨੂੰ ਲੈ ਕੇ ਜਾਓ। ਮਾਖੋਵਾਲ ਦੀ ਜ਼ਮੀਨ ਖਰੀਦ ਕੇ ਆਨੰਦਪੁਰ ਸਾਹਿਬ ਸ਼ਹਿਰ ਵਸਾਇਆ ਗੁਰੂ ਤੇਗ ਬਹਾਦਰ ਮਹਾਰਾਜ ਨੇ।
ਸਾਰਾ ਪਰਿਵਾਰ ਉੱਥੇ ਰਹਿੰਦਾ ਉਹਨਾਂ ਦਾ। ਹੁਣ ਗਿਣਤੀ ਕਰੋ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹਾਦਤ ਕਿੱਥੇ ਪਾਉਂਦੇ ਨੇ ਬੋਲੋ ਸਾਰੇ? ਦਿੱਲੀ ਚਾਂਦਨੀ ਚੌਂਕ 'ਚ। ਵੱਡੇ ਸਾਹਿਬਜ਼ਾਦਿਆਂ ਕਿੱਥੇ ਸ਼ਹਾਦਤ ਦਾ ਜਾਮ ਪਾਉਂਦੇ ਨੇ? ਚਮਕੌਰ ਸਾਹਿਬ ਦੀ ਗੜੀ 'ਚ, ਬੋਲੀ ਜਾਏ ਉਹਨਾਂ ਨੂੰ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਸਰਹੰਦ ਫਤਿਹਗੜ੍ਹ ਸਾਹਿਬ ਅਤੇ ਗੁਰੂ ਸਾਹਿਬ ਦੇ ਮਹਿਲ ਦਿੱਲੀ। ਹੁਣ ਤੁਸੀਂ ਅੰਦਾਜ਼ਾ ਲਾ ਕੇ ਵੇਖੋ, ਇੱਕ ਵੀ ਪਰਿਵਾਰ ਦਾ ਜੀ ਉਹਨਾਂ ਦਾ ਅੰਤਲਾ ਸਮਾਂ ਘਰ ਵਿੱਚ ਨਾ ਆਵੇ। ਰਹਿਣ ਦੀ ਗੱਲ ਨਹੀਂ ਮੈਂ ਕਰ ਰਿਹਾ, ਅੰਤਲਾ ਸਮਾਂ ਨਾ ਆਵੇ, ਪਰ ਫਿਰ ਵੀ ਮਨ ਚੜ੍ਹਦੀ ਕਲਾ ਵਿੱਚ ਰਹੇ। ਸ਼ਾਇਦ ਦੁਨੀਆ 'ਤੇ ਤੁਹਾਨੂੰ ਜ਼ਿੰਦਗੀ ਜਿਉਣ ਦੀ ਇੱਦਾਂ ਦੀ ਮਿਸਾਲ ਕਿਸੇ ਹੋਰ ਦੀ ਨਹੀਂ ਮਿਲੇਗੀ। ਇੱਥੇ ਨੌਕਰੀ ਨਾ ਮਿਲੇ ਚਾਰ ਦਿਨ, 6-7 ਸਾਲ ਪੁੱਤ ਦੇ ਵਿਆਹ ਨੂੰ ਹੋ ਗਏ, ਹੁਣ ਔਲਾਦ ਨਾ ਹੋਵੇ, ਅਤੇ ਬੰਦਾ ਕੀ ਕਹਿੰਦਾ? ਕਰਮ ਮਾੜੇ ਕੀਤੇ ਨੇ, ਭਾਗ ਹੀ ਇੱਦਾਂ ਦੇ ਲਿਖੇ, ਕਿਸਮਤ ਮਾੜੀ, ਕਿਤੇ ਪਿੱਛੇ ਮਾੜੇ ਕਰਮ ਕਰ ਆਏ ਹਾਂ। ਇੱਦਾਂ ਦੇ ਲਫ਼ਜ਼ ਸਾਡੇ ਦਿਮਾਗ 'ਚ ਠੋਸੇ ਜਾਂਦੇ ਨੇ ਕਿ ਬੰਦਾ ਜ਼ਿੰਦਗੀ ਜਿਉਣ ਦਾ ਸਵਾਦ ਗਵਾ ਬੈਠਦਾ ਹੈ। ਇੱਥੇ ਤਾਂ ਗੁਰਦੇਵ ਦੀ ਬਾਣੀ ਇਹ ਕਹਿੰਦੀ ਹੈ, ਦੁੱਖ ਆਉਣਗੇ, ਸਮੱਸਿਆਵਾਂ ਆਉਣਗੀਆਂ, ਇੰਨਾ ਤਗੜਾ ਹੋ ਜਾ ਕਿ ਤੂੰ ਐਡਾ ਤਗੜਾ ਹੋਵੇਂ ਦੁੱਖ ਤੇਰੇ ਸਾਹਮਣੇ ਕੱਖ ਵੀ ਨਾ ਰਹਿ ਜਾਏ। ਪਰ ਵਜ੍ਹਾ ਮੈਂ ਦੁਪਹਿਰੇ ਦੀ ਦੁਕਾਨ 'ਚ ਗੱਲ ਕਹੀ ਸੀ, ਖੁਰਾਕ 'ਤੇ ਡਿਪੈਂਡ ਕਰਦਾ। ਜਿੰਨੀ ਵਧੀਆ ਬੋਡੀ ਨੂੰ ਖੁਰਾਕ ਦਿਓਗੇ ਉਨਾ ਤਾਕਤਵਰ ਹੁੰਦਾ ਇਹਨਾਂ। ਜਿੰਨੀ ਮਨ ਦੀ ਖੁਰਾਕ ਵਧੀਆ ਹੋਏਗੀ ਮਨ ਮੁਸੀਬਤ ਚੱਲੇਗਾ। ਉਹ ਮਾਵਾਂ ਵੱਲ ਧਿਆਨ ਮਾਰੋ, ਲਾਹੌਰ, ਪਾਕਿਸਤਾਨ, ਅੱਜ ਵੀ ਜਿੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਤੱਤੀ ਤਵੀ 'ਤੇ ਬੈਠੇ ਡੇਰਾ ਸਾਹਿਬ, ਜਦੋਂ ਉਹਦੇ ਥੋੜ੍ਹੀ ਦੂਰੀ ਤੁਸੀਂ ਵੇਖਦੇ ਹੋ ਸਿੰਘ ਸਿੰਘਣੀਆਂ ਦਾ ਗੁਰਦੁਆਰਾ, ਤੁਹਾਡੇ ਵਿੱਚੋਂ ਕੋਈ ਪਾਕਿਸਤਾਨ ਗਿਆ ਹੋਵੇ ਉਹਨੇ ਉਹ ਸ਼ਾਇਦ ਗੁਰਦੁਆਰਾ ਸਾਹਿਬ ਵੇਖਿਆ ਹੋਵੇ, ਸਿੰਘ ਸਿੰਘਣੀਆਂ ਦਾ ਗੁਰਦੁਆਰਾ, ਜਿੱਥੇ ਛੋਟੇ ਛੋਟੇ ਬੱਚਿਆਂ ਦੇ ਟੁਕੜੇ ਕਰਕੇ ਮਾਵਾਂ ਦੇ ਗਲਾਂ ਵਿੱਚ ਹਾਰ ਪਾਏ ਗਏ, ਮਾਵਾਂ ਡੋਲ ਬੈਠੀਆਂ, ਸਵਾ ਸਵਾ ਮਣ ਕਣਕ ਦੇ ਉਹਨਾਂ ਕੋਲੋਂ ਪੀਸਣੇ ਪਸਾਏ ਜਾਂਦੇ ਨੇ, ਪਰ ਉਹਨਾਂ ਦੀ ਅਰਦਾਸ ਦੇ ਬੋਲ ਪਤਾ ਕੀ ਹੈ? ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ, ਚਾਰ ਪੈਰ ਰਹਿਣ ਆਈ, ਬੋਲੋ ਜੀ। ਜਿਹੜਾ ਟੁਕੜੇ ਕਰਨ ਵਾਲਾ ਹੈ, ਹੁਕਮ ਕਰਨ ਵਾਲਾ ਹੈ, ਉਹ ਕੰਬ ਗਿਆ, ਕਹਿੰਦਾ ਜੀ ਇਹ ਸੁੱਖ ਹੈ, ਦੁੱਖ ਕੀ ਹੈ? ਕਹਿੰਦੇ ਦੁੱਖ ਉਹ ਆ ਜਦੋਂ ਸਾਨੂੰ ਗੁਰੂ ਭੁੱਲ ਜਾਂਦਾ, ਜਦੋਂ ਸਾਨੂੰ ਰੱਬ ਭੁੱਲ ਜਾਂਦਾ ਉਦੋਂ ਦੁੱਖ ਹੈ। ਦੁੱਖ ਤਦੈ ਜਦ ਵਿਸਰ ਹੈ, ਜਦੋਂ ਵਿਸਰਦਾ ਉਦੋਂ ਦੁੱਖ ਹੈ, ਜਦੋਂ ਯਾਦ ਹੈ ਫਿਰ ਭਾਵੇਂ ਕੁਝ ਵੀ ਨਾ ਰਹੇ ਸੁੱਖ ਹੈ। ਹੁਣ ਅੱਜ ਵੇਖੋ, ਅੱਜ ਮਾੜੀ ਜਿਹੀ ਘਟਨਾ ਵਾਪਰਦੀ ਹੈ, ਬੰਦਾ ਪਰਲ ਪਰਲ ਰੋ ਰਿਹਾ, ਮੁਸੀਬਤ ਆਉਂਦੀ ਹੈ, ਰੋਣ ਲੱਗ ਪੈਂਦਾ, ਡਿੱਗ ਪੈਂਦਾ। ਵਜ੍ਹਾ, ਜਿਵੇਂ ਸਰੀਰ ਦੀ ਖੁਰਾਕ ਸਹੀ ਨਾ ਹੋਵੇ ਤਾਂ ਸਰੀਰ ਕਮਜ਼ੋਰ ਹੋ ਜਾਂਦਾ, ਮਨ ਦੀ ਖੁਰਾਕ ਸਹੀ ਨਾ ਹੋਵੇ ਤਾਂ ਮਨ ਕਮਜ਼ੋਰ ਹੋ ਜਾਂਦਾ। ਜਿਉਂ ਮੰਦਰ ਕਹੋ, ਬੋਲਿਆ ਕਰੋ ਤੁਕਾਂ ਸਾਹਿਬ ਸਿੰਘ ਜੀ, ਇੱਦਾਂ ਸਮਝ ਆਉਂਦੀ ਵੀ ਇੰਨੇ ਸਰੋਤ ਬਾਣੀ ਪੜ੍ਹਨ ਵਾਲੇ ਬੈਠੇ ਨੇ। ਜਿਉਂ ਮੰਦਰ ਕਹੋ ਤਿਉਂ ਗੁਰ ਕਾ ਸ਼ਬਦ, ਜਿਵੇਂ ਕਿ ਇਮਾਰਤ ਨੂੰ ਬਿਲਡਿੰਗ ਨੂੰ ਖਿਲਾਰਨ ਵਾਸਤੇ ਥੱਲੇ ਪਿੱਲਰ ਦੇਣੇ ਪੈਂਦੇ ਨੇ, ਬੁਰਜੀਆਂ ਕਰਨੀਆਂ ਪੈਂਦੀਆਂ, ਦੀਵਾਰਾਂ ਕਰਨੀਆਂ ਪੈਂਦੀਆਂ ਨੇ, ਇੱਦਾਂ ਹੀ ਮਨ ਨੂੰ ਖੜਾ ਕਰਨ ਵਾਸਤੇ, ਮਜ਼ਬੂਤ ਕਰਨ ਵਾਸਤੇ ਸ਼ਬਦ ਦਾ ਪਿੱਲਰ ਦੇ। ਸ਼ਬਦ ਵਿੱਚ ਬੜੀ ਵੱਡੀ ਤਾਕਤ ਹੈ। ਤੁਸੀਂ ਵੇਖਿਆ ਬੰਦਾ ਘਬਰਾਇਆ ਹੋਵੇ, ਤੁਸੀਂ ਉਹਦੇ ਲਾਗੇ ਚੰਗੇ ਸ਼ਬਦ ਬੋਲੋ, ਇੱਕਦਮ ਐਨਰਜੀ ਆ ਜਾਂਦੀ ਉਹਦੇ, ਇੱਕਦਮ ਕਾਇਮ ਹੋ ਜਾਂਦਾ। ਤੁਸੀਂ ਉਹਨੂੰ ਉਹਦੇ ਲਾਗੇ ਚਾਰ ਢਿੰਦੀ ਕਲਾ ਦੀਆਂ ਗੱਲਾਂ ਕਰਦੇ ਹੋ, ਨਾਲ ਹੀ ਨਰਵਸ ਹੋ ਜਾਂਦਾ, ਨਾਲ ਹੀ ਡਿੱਗਣ ਲੱਗ ਪੈਂਦਾ। ਬਾਣੀ ਇੱਦਾਂ ਮਨ ਤਗੜਾ ਕਰਦੀ। ਆਓ ਬੜੇ ਪਿਆਰ ਨਾਲ ਤੁਕਾਂ ਪੜ੍ਹੋ, ਸ਼ਬਦ ਨੂੰ ਸਮਝੀਏ, ਸ਼ਬਦ ਜ਼ਿੰਦਗੀ ਦਾ ਹਿੱਸਾ ਬਣੇ, ਫਿਰ ਮੁਸ਼ਕਲਾਂ ਦੇ ਵਿੱਚ ਬੰਦਾ ਘਬਰਾਏਗਾ। ਰਾਖ ਪਿਤਾ ਭਰਾ ਕਿੱਡੀ ਅਪਣੱਤ ਹੈ, ਪਰਮੇਸ਼ਰ ਨੂੰ, ਮਾਲਕ ਨੂੰ, ਰੱਬ ਨੂੰ, ਉਸ ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ ਪਿਤਾ ਅਪਣੱਤ। ਰਾਖ ਬਚਾ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ। 206 ਨੰਬਰ ਅੰਕ 'ਤੇ ਸ਼ਬਦ ਹੈ, ਕੋਸ਼ਿਸ਼ ਕਰਿਓ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰ ਇਹ ਸ਼ਬਦ ਨੂੰ ਆਪ ਜਾ ਕੇ ਫਿਰ ਦੁਬਾਰਾ ਪੜ੍ਹਿਓ। ਸਮਝ ਆਏਗੀ ਬਾਣੀ ਦਾ ਇੱਕ ਇੱਕ ਸ਼ਬਦ, ਇੱਕ ਇੱਕ ਤੁਕ ਸਾਡੀ ਜ਼ਿੰਦਗੀ ਹੈ, ਕਿੱਦਾਂ ਸਾਡਾ ਮਨ ਮਜ਼ਬੂਤ ਕਰਦੀ ਹੈ। ਤੋ ਬੜੇ ਪਿਆਰ ਨਾਲ ਪੜ੍ਹੋ ਸਾਸਰੀ ਜੀ। ਰਾਖ ਪਿਤਾ ਪ੍ਰਭ ਮੇਰੇ, ਰਾਖ ਪਿਤਾ ਪ੍ਰਭ ਮੇਰੇ, ਰਾਖ ਪਿਤਾ ਪ੍ਰਭ ਮੇਰੇ, ਰਾਖ ਪਿਤਾ ਪ੍ਰਭ ਮੇਰੇ।
ਵਾਹ ਵਾਹ ਮੋਹੇ ਨਿਰਗੁਣ ਸਭ ਗੁਣ ਤੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਵਾਹ ਵਾਹ ਰਾਖ ਪਿਤਾ ਪ੍ਰਭ ਮੇਰੇ ਰਾਖ ਪਿਤਾ ਪ੍ਰਭ ਮੇਰੇ ਰਾਖ ਪਿਤਾ ਪ੍ਰਭ ਮੇਰੇ ਵਾਹ ਵਾਹ ਮੋਹੇ ਨਿਰਗੁਣ ਸਭ ਗੁਣ ਤੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਾਖ ਰਾਖ ਦਾ ਅਰਥ ਕੀ ਹੈ ਮੈਨੂੰ ਬਚਾ ਕਾਹਦੇ ਤੋਂ ਦੋ ਗੱਲਾਂ 'ਚ ਫਰਕ ਹੈ ਇੱਕ ਹੈ ਬੰਦਾ ਕੋਈ ਗਲਤ ਕੰਮ ਕਰ ਚੁੱਕਾ ਉਹ ਇਹ ਅਰਦਾਸ ਕਰਦਾ ਵੀ ਦੁਨੀਆਂ ਨੂੰ ਪਤਾ ਨਾ ਲੱਗ ਜਾਵੇ ਅਰਦਾਸ ਇਹ ਹੋ ਜਾਣੀ ਚਾਹੀਦੀ ਹੈ ਮੇਰੇ ਕੋਲੋਂ ਗਲਤ ਕੰਮ ਉੱਚੀ ਬੋਲੋ ਜੀ ਹੋਵੇ ਹੀ ਨਾ ਮੈਨੂੰ ਬਚਾ ਲਾ ਮੇਰੀ ਅਰਦਾਸ ਇਹ ਹੈ ਕਿ ਮੈਂ ਨਾ ਚਾਹੁੰਦਿਆਂ ਹੋਇਆ ਵੀ ਗਲਤ ਰਸਤੇ 'ਤੇ ਨਹੀਂ ਕਰਾਂ ਮੇਰੀ ਮੰਗ ਇਹ ਹੈ ਮੇਰੇ ਸਾਹਮਣੇ ਚੁਣੌਤੀ ਆਏ ਵੀ ਇੱਕ ਰਸਤਾ ਗਲਤ ਹੈ ਇੱਕ ਰਸਤਾ ਸਹੀ ਹੈ ਸਹੀ ਰਸਤੇ 'ਚ ਮੁਸ਼ਕਲ ਸਹੀ ਰਸਤਾ ਜਿਹੜਾ ਹੁੰਦਾ ਨਾ ਉਹ ਇੰਝ ਹੁੰਦਾ ਜਿਵੇਂ ਪਹਾੜ ਚੜ੍ਹਨਾ ਉੱਚੀ ਜਗ੍ਹਾ ਨੂੰ ਚੜ੍ਹਨਾ ਜਿਹੜਾ ਔਖਾ ਰਸਤਾ ਹੁੰਦਾ ਨਾ ਉਹ ਨਿਵਾਣ ਵੱਲ ਨੂੰ ਜਾਣਾ ਕਬੀਰ ਜਿਹ ਮਾਰਗ ਪੰਡਿਤ ਗਏ ਪਾਛੈ ਪਰੀ ਵਹੀਰ ਵਹੀਰ ਦਾ ਅਰਥ ਕੀ ਹੈ ਝੂਮਾਂ ਦਾ ਝੂਮ ਇਕੱਠ ਅੰਨੇ ਹੋ ਕੇ ਲੋਕ ਤੁਰ ਪਏ ਕਿੱਧਰ ਜਿੱਧਰ ਕਰਮ ਕਾਂਡੀ ਲੋਕ ਜਾਂਦੇ ਸੀ ਇੱਕ ਅਵ ਘੱਟ ਘਾਟੀ ਰਾਮ ਕੀ ਇੱਕ ਔਖੀ ਘਾਟੀ ਤੁਸੀਂ ਕਦੀ ਨੋਟ ਕਰਿਓ ਜਦੋਂ ਗੱਡੀ ਪਹਾੜ ਚੜ੍ਹਦੀ ਹੈ ਉਹਦਾ ਜ਼ੋਰ ਲੱਗਦਾ ਆਪਾਂ ਸੀੜੀਆਂ ਚੜ੍ਹਦੇ ਹਾਂ ਤੁਸੀਂ ਵੇਖਿਆ ਨਾ ਜਦੋਂ ਵੱਡੇ ਵੱਡੀਆਂ ਬਿਲਡਿੰਗਾਂ 'ਚ ਲਿਫਟ ਹੁੰਦੀ ਹੈ ਉੱਥੇ ਵੀ ਬਹੁਤ ਵਾਰੀ ਬੰਦਾ ਚੜ੍ਹਨ ਲੱਗਿਆ ਉਹਦੀ ਵਰਤੋਂ ਕਰਦਾ ਉੱਤਰ ਲੱਗਿਆ ਕਹਿੰਦਾ ਹੁਣ ਕਿਹੜਾ ਜ਼ੋਰ ਲੱਗਣਾ ਹੁਣ ਤਾਂ ਮੈਂ ਮਿੰਟੋ ਮਿੰਟੀ ਪੈਦਲ ਉੱਤਰ ਕੇ ਥੱਲੇ ਚਲਾ ਜਾਣਾ ਚੜ੍ਹਨ ਲੱਗਿਆਂ ਜ਼ੋਰ ਲੱਗਦਾ ਉੱਤਰ ਲੱਗਿਆਂ ਜ਼ੋਰ ਨਹੀਂ ਲੱਗਦਾ ਤੁਸੀਂ ਬਿਲਡਿੰਗ 'ਤੇ ਕੋਈ ਸਮਾਨ ਚੜ੍ਹਾਉਣਾ ਹੈ ਜ਼ੋਰ ਲੱਗੇਗਾ ਉਤਾਰ ਲੱਗਿਆਂ ਜ਼ੋਰ ਲਾਉਣ ਦੀ ਲੋੜ ਥੋੜ੍ਹਾ ਇਮਾਰਤ ਬਣਾਉਣ ਲੱਗਿਆਂ ਆਰਕੀਟੈਕਟ ਦੀ ਜ਼ਰੂਰਤ ਹੈ ਸਿਆਣੇ ਸਿਆਣੇ ਮਕੈਨਿਕਾਂ ਦੀ ਮਿਸਤਰੀਆਂ ਦੀ ਜ਼ਰੂਰਤ ਹੈ ਉਹਨੂੰ ਢਾਉਣ ਲੱਗਿਆਂ ਵੀ ਇੰਨੀ ਸਿਆਣਪ ਦੀ ਜ਼ਰੂਰਤ ਹੈ ਭਲਾ ਹੁਣ ਬਿਲਡਿੰਗ ਜਦੋਂ ਬਣਦੀ ਹੈ ਉਦੋਂ ਵੀ ਉਨੇ ਸਿਆਣੇ ਬੰਦੇ ਲੱਭਣ ਦੀ ਲੋੜ ਹੈ ਕੱਪੜੇ ਪਾਏ ਨੇ ਆਪਾਂ ਜਿਹੜਾ ਤੰਗ 'ਤੇ ਕੱਪੜਾ ਪਾਇਆ ਜਾਂਦਾ ਉਹਨੂੰ ਬੁਟੀਕ ਉਹਨੂੰ ਟੇਲਰ ਸਿਉਂਦਾ ਹੈ ਕੱਪੜਾ ਸਿਉਣ ਵਕਤ ਟੇਲਰ ਦੀ ਜ਼ਰੂਰਤ ਹੈ ਪਾੜਨ ਲੱਗਿਆਂ ਵੀ ਟੇਲਰ ਦੀ ਜ਼ਰੂਰਤ ਹੈ ਭਲਾ ਬੋਲੋ ਸਾਹ ਸੰਗਤ ਉਹ ਤਾਂ ਕਿਸੇ ਵੀ ਬੰਦੇ ਨੂੰ ਕਹੋ ਵੀ ਇਹਨੂੰ ਪਾੜਨਾ ਉਹ ਕੈਂਚੀ ਲੈ ਕੇ ਲਗਰਾਂ ਲਾ ਦੇ ਕੈਂਚੀ ਤੋਂ ਬਿਨਾਂ ਵੀ ਖਿੱਚ ਕੇ ਪਾੜ ਸਕਦਾ ਕਿਤਾਬ ਲਿਖਣ ਲੱਗਿਆਂ ਸਿਆਣਪ ਦੀ ਲੋੜ ਹੈ ਸੂਝ ਦੀ ਲੋੜ ਹੈ ਪਾੜਨ ਲੱਗਿਆਂ ਵੀ ਸਿਆਣਪ ਦੀ ਲੋੜ ਹੈਗੀ ਹੈ ਭਲਾ ਖਾਣਾ ਬਣਾਉਣ ਲੱਗਿਆਂ ਮਿਹਨਤ ਦੀ ਲੋੜ ਹੈ ਲਿਆਕਤ ਚਾਹੀਦੀ ਹੈ ਤਰੀਕਾ ਚਾਹੀਦਾ ਖਾਣਾ ਕਿੱਦਾਂ ਬਣਨਾ ਹੈ ਉਹਨੂੰ ਖਰਾਬ ਕਰਨਾ ਹੋਵੇ ਉਹਦੇ ਵਾਸਤੇ ਵੀ ਉਨੀ ਸਿਆਣਪ ਦੀ ਜ਼ਰੂਰਤ ਹੈਗੀ ਹੈ ਇੱਦਾਂ ਜ਼ਿੰਦਗੀ ਹੈ ਜ਼ਿੰਦਗੀ ਨੂੰ ਸਵਾਰਨ ਵਾਸਤੇ ਸੂਝ ਚਾਹੀਦੀ ਹੈ ਬੂਝ ਚਾਹੀਦੀ ਹੈ ਅਕਲ ਚਾਹੀਦੀ ਹੈ ਵਿਗਾੜਨ ਵਾਸਤੇ ਇਹਨੂੰ ਅਕਲ ਦੀ ਜ਼ਰੂਰਤ ਨਹੀਂ ਤਾਂ ਇੱਥੇ ਪਾਤਸ਼ਾਹ ਕਹਿੰਦੇ ਰਾਖ ਬਚਾ ਮੈਨੂੰ ਕਿਹਦੇ ਤੋਂ ਅੱਗੇ ਜਾ ਕੇ ਆਏਗਾ ਰਾਖ ਪਿਤਾ ਹੇ ਮੇਰੇ ਪਿਤਾ ਹੁਣ ਸਮੱਸਿਆ ਇਹ ਹੈ ਅਜੇ ਤੱਕ ਅਸੀਂ ਇਹ ਹੀ ਨਹੀਂ ਨਿਸ਼ਚਿਤ ਕਰ ਸਕੇ ਮੇਰਾ ਪਿਤਾ ਕਿਹੜਾ ਇੱਥੇ ਬੰਦਿਆਂ ਨੂੰ ਵੀ ਲੋਕ ਪਿਤਾ ਕਹਿ ਰਹੇ ਨੇ ਤੁਸੀਂ ਵੇਖਦੇ ਹੋ ਮੇਰੇ ਕਹਿਣ ਦਾ ਇਸ਼ਾਰਾ ਸਮਝ ਗਏ ਜੀ ਉਹਨਾਂ ਦਾ ਪਿਤਾ ਹੁਣ ਪੰਚਕੂਲਾ ਤੋਂ ਜੇਲ੍ਹ ਜਾ ਚੁੱਕਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਬੰਦਿਆਂ ਨੂੰ ਪਿਤਾ ਕਿਹਾ ਜਾ ਰਿਹਾ ਵੈਸੇ ਤਾਂ ਰਿਸ਼ਤੇ 'ਚ ਸਾਡਾ ਜਿਹੜਾ ਬਾਪ ਹੈ ਜਿਹਨੇ ਜਿਸ ਘਰ 'ਚ ਅਸੀਂ ਪੈਦਾ ਹੋਏ ਹਾਂ ਜਿਹਦਾ ਨਾਂ ਪਾਸਪੋਰਟ 'ਤੇ ਹੈ ਜਿਹਦਾ ਨਾਂ ਸਕੂਲ ਦੇ ਸਰਟੀਫਿਕੇਟ 'ਤੇ ਉਹ ਸਾਡੇ ਸਰੀਰ ਦਾ ਪਿਤਾ ਹੈ ਇੱਥੇ ਮਨ ਦੇ ਪਿਤਾ ਦੀ ਗੱਲ ਹੋ ਰਹੀ ਹੈ ਸਾਡਾ ਜਿਹੜਾ ਜਿਸਮ ਹੈ ਸਾਡਾ ਸਰੀਰ ਹੈ ਸਾਡੇ ਸਰੀਰ ਦੇ ਸਾਰਿਆਂ ਦੇ ਬਾਪ ਅਲੱਗ ਅਲੱਗ ਨੇ ਮਾਵਾਂ ਅਲੱਗ ਅਲੱਗ ਨੇ ਪਰ ਜਿਹੜਾ ਮਨ ਹੈ ਨਾ ਮਨ ਇਹਦਾ ਇੱਕੋ ਹੀ ਪਿਤਾ ਹੈ ਇੱਕੋ ਹੀ ਬਾਪ ਹੈ ਜੇ ਬਣਾ ਲਿਆ ਜ਼ਿੰਦਗੀ ਸਵਰਗ ਹੈ ਨਾ ਬਣਾ ਪਾਏ ਅੱਗੇ ਬੋਲੋ ਜੀ ਜ਼ਿੰਦਗੀ ਨਰਕ ਹੈ ਇੱਥੇ ਮਾਣ ਨਾਲ ਕਿਹਾ ਜਾ ਰਿਹਾ ਆਹ ਮੇਰਾ ਪਿਤਾ ਹੈ
ਅਤੇ ਜਿੱਥੇ ਜਿਹੜਾ ਪਿਤਾ ਖੁਦ ਵਿਵਿਧਤਾ 'ਚ ਹੋਏਗਾ ਉਹ ਦੂਜਿਆਂ ਨੂੰ ਵਿਵਿਧਤਾ 'ਚੋਂ ਕਦੀ ਕੱਢ ਸਕਦਾ ਜੀ ਭਲਾ। ਇੱਥੇ ਕਿਹਾ ਜਾ ਰਿਹਾ ਰਾਖ ਬਚਾ ਮੈਨੂੰ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇ। ਪਾਣੀ ਦੀ ਤਰਨ ਦੀ ਜਾਂਚ ਕਿਹਦੇ ਕੋਲੋਂ ਸਿੱਖੀ ਜਾਂਦੀ ਹੈ? ਜਿਹਨੂੰ ਆਪ ਤਾਰੀਆਂ ਲਾਉਣੀਆਂ ਆਉਂਦੀਆਂ ਹੋਣ। ਗੁਰੂ ਨਾਨਕ ਸਾਹਿਬ ਦਾ ਵਾਕ ਹੈ ਸਲੋਕ ਵਾਰਾਂ ਅਤੇ ਵਧੀਕ ਵਿੱਚ, ਜੇ ਤੂੰ ਤਾਰੂ ਪਾਣ, ਜੇ ਤੂੰ ਪਾਣੀਆਂ ਦਾ ਤਾਰੂ ਬਣਨਾ ਚਾਹੁੰਦਾ ਹੈ ਤਾਂ ਹੂੰ ਪੁੱਛ ਉਹਨਾਂ ਕੋ ਜਾ ਤੜਨ ਕੰਮ ਤਰਨ ਦੀ ਕਲਾ। ਹੁਣ ਜਿਹੜਾ ਬੰਦਾ ਪਾਣੀ 'ਚ ਤਾਰੀਆਂ ਲਾ ਰਿਹਾ, ਆਪਾਂ ਜਾ ਕੇ ਕੀ ਕਹਾਂਗੇ? ਇੱਦਾਂ ਮੈਨੂੰ ਵੀ ਤਰਨਾ, ਬੋਲੋ ਸਾਹ ਸਿੰਘ ਜੀ। ਅਤੇ ਜਿਹੜਾ ਗੋਤੇ ਖਾ ਰਿਹਾ ਹੋਵੇ ਉਹਨੂੰ ਜਾ ਕੇ ਕਹੋਗੇ ਮੈਨੂੰ ਤਰਨ ਦੀ ਜਾਚ ਕਰ, ਉਹ ਕਹਿੰਦਾ ਦਬਦਬਾ ਰੱਸਾ ਫੜਾ ਮੈਨੂੰ ਬਾਹਰ ਕੱਢ, ਤੇਰੇ ਹਿਸਾਬ ਨਾਲ ਮੈਂ ਤਾਰੀਆਂ ਲਾ ਰਿਹਾ, ਮੇਰੇ 'ਤੇ ਆਪਣੇ ਮੂੰਹ 'ਚ ਪਾਣੀ ਪਿਆ। ਅੱਜ ਲੱਗਦਾ ਨਹੀਂ ਮਨੁੱਖਤਾ ਕਿੰਨਾ ਕੋਲ ਜਾ ਕੇ ਤਰਨ ਦੀ ਗੱਲਾਂ ਪੁੱਛ ਰਹੀ ਹੈ। ਬੋਲਿਆ ਕਰੋ ਜੀ, ਜਿਹੜੇ ਆਪ ਡੁਬਕੀਆਂ ਪਾਣੀ 'ਚ ਲਾ ਰਹੇ ਨੇ। ਇੱਥੇ ਪਾਤਸ਼ਾਹ ਦੀ ਬਾਣੀ ਕਹਿੰਦੀ ਤਰਨ ਦੀ ਕਲਾ ਉਹਦੇ ਕੋਲੋਂ ਪੁੱਛ ਜਿਹਨੂੰ ਇਸ ਭਵ ਸਾਗਰ ਵਿੱਚ ਤਰਨਾ ਆਉਂਦਾ ਹੈ। ਆਪ ਜਦੋਂ ਬਾਣੀ 'ਚ ਪੜ੍ਹਦੇ ਨਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਰ। ਜਿਹੜਾ ਆਪ ਮੁਕਤ ਹੈ, ਜਿਹਨੂੰ ਆਪ ਤਰਨਾ ਆਉਂਦਾ ਹੈ ਅਤੇ ਮੈਨੂੰ ਤਰਨ ਦੀ ਜਾਚ ਸਿਖਾ ਸਕਦਾ। ਦੁਨੀਆਂ 'ਤੇ ਮਿਸਾਲ ਨਹੀਂ ਮਿਲਦੀ, ਇੱਦਾਂ ਦੀ ਨਹੀਂ ਮਿਲਦੀ। ਐਂ ਲਾਸ਼ ਦੇ ਲਾਗੋਂ ਦੀ ਲੰਘ ਕਲਗੀਧਰ ਪਾਤਸ਼ਾਹ, ਇਹ ਮਿਸਾਲ ਦੁਨੀਆਂ 'ਤੇ ਨਹੀਂ ਹੈ। ਅੱਲਾ ਯਾਰ ਖਾਂ ਜੋਗੀ ਦੇ ਗਰਦਨ 'ਤੇ ਕਿਸੇ ਨੇ ਰਿਵਾਲਵਰ ਨਹੀਂ ਸੀ ਰੱਖਿਆ ਵੀ ਇਹ ਲਫਜ਼ ਤੂੰ ਲਿਖ, ਤੈਨੂੰ ਲਿਖਣੇ ਪੈਣੇ ਨੇ। ਉਹਦੇ ਅੰਦਰ ਦੀ ਹੂਕ ਸੀ, ਉਹਦੇ ਅੰਦਰ ਦਾ ਦਰਦ ਸੀ। ਉਹ ਕਹਿੰਦਾ ਇੱਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲਈ, ਜਾਂ ਬਾਪ ਨੇ ਬੱਚੇ ਕਟਾਏ ਖੁਦਾ ਕੀ। ਹਰ ਸਿੱਖ ਦੇ ਘਰ ਦੇ ਵਿੱਚ ਇਹ ਕਿਤਾਬ ਚਾਹੀਦੀ ਸੀ, ਨਹੀਂ ਹੈ ਤਾਂਵਿਆਂ ਨੂੰ ਛੱਡ ਕੇ। ਆਂਦਾ ਇੱਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲਈ। ਅੱਜ ਸਿੱਖਾਂ ਦੀ ਗੱਡੀ ਲਾਗੋਂ ਦੀ ਲੰਘ ਜਾਂਦੀ ਹੈ, ਡੇਰੇ ਦੀਆਂ ਪਰਿਕਰਮਾ ਕਰਕੇ ਮੁੜ ਆਉਂਦੀ ਹੈ, ਸਰਹੰਦ ਫਤਿਹਗੜ੍ਹ ਸਾਹਿਬ ਉੱਦਾਂ ਹੀ ਰਹਿ ਜਾਂਦਾ। ਉਹ ਮਾਣ ਕਰਦਾ, ਉਹ ਮਾਣ ਕਰਦਾ, ਕਹਿੰਦਾ ਮੈਂ ਉੱਥੋਂ ਮੁੜ ਆਇਆ। ਇੱਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲੀਏ, ਜਹਾਂ ਬਾਪ ਨੇ ਬੱਚੇ ਕਟਾਏ ਖੁਦਾ ਕੇ ਲਈ। ਕਿੰਨਾ ਫਰਕ ਸੀ। ਤੋ ਇੱਥੇ ਪਾਤਸ਼ਾਹ ਕਹਿੰਦੇ ਤਾਂ ਹੂੰ ਪੁੱਛ ਤੜਨ ਕਲ, ਤਰਨ ਦੀ ਕਲਾ ਉਹਨਾਂ ਕੋਲੋਂ ਪੁੱਛੀ ਜਾਂਦੀ ਹੈ ਜਿਹਨਾਂ ਨੂੰ ਪਾਣੀ ਵਿੱਚ ਤਾਰੀਆਂ ਲਾਉਣੀਆਂ ਆਉਂਦੀਆਂ ਹਨ। ਅੱਜ ਮਨੁੱਖਤਾ ਕਿੰਨਾ ਕੁ ਜਾ ਰਹੀ ਹੈ, ਜਿਹੜੇ ਆਪ ਵਿਵਤਾ ਵਿੱਚ ਘਿਰੇ ਹੋਏ ਨੇ, ਜਿਹੜੇ ਆਪ ਦੁੱਖਾਂ ਵਿੱਚ ਪਏ ਹੋਏ ਨੇ, ਉਹਨਾਂ ਨੂੰ ਕਹਿੰਦੇ ਜੀ ਅਸੀਂ ਦੁਖੀ ਬੜੇ ਹਾਂ। ਕਈ ਤਾਂ ਮੈਂ ਇੱਦਾਂ ਦੇ ਪਰਿਵਾਰ ਵੇਖੇ ਸ਼ੂਗਰ ਦਾ ਇਲਾਜ ਕਰਾਉਣ ਲਈ ਬਾਬੇ ਲੱਭਦੇ ਫਿਰ, ਸ਼ਾਇਦ ਸੋਚਦੇ ਵੀ ਕਿਸੇ ਦਾ ਹੱਥ ਲੱਗਣ ਨਾ ਮੇਰੀ ਇਹ ਬਿਮਾਰੀ ਠੀਕ ਹੋ ਜਾਣੀ ਹੈ। ਉਹ ਵਿਚਾਰੇ ਆਪ ਬਿਮਾਰੀਆਂ 'ਚ ਘਿਰੇ ਪਏ ਨੇ। ਜੇ ਬਿਮਾਰੀਆਂ ਹੱਥਾਂ ਨਾਲ ਇੱਦਾਂ ਠੀਕ ਹੁੰਦੀਆਂ ਨਾ, ਤਾਂ ਗੁਰੂ ਹਰ ਰਾਏ ਪਾਤਸ਼ਾਹ ਨੂੰ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਵੈਦਖਾਨਾ ਤਿਆਰ ਕਰਨ ਦੀ ਲੋੜ ਨਾ ਪਈ। ਦਾਰਾ ਸ਼ਕੋ ਸ਼ਾਹਜਹਾਂ ਦਾਰਾ ਸ਼ਕੋ ਦਾ ਪਿਤਾ ਸੀ, ਦਾਰਾ ਸ਼ਕੋ ਔਰੰਗਜ਼ੇਬ ਦਾ ਭਰਾ ਸੀ। ਦਾਰਾ ਸ਼ਕੋ ਨੂੰ ਦੁਸ਼ਮਣਾਂ ਨੇ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਚਲਾਕੀ ਨਾਲ, ਕਿਉਂਕਿ ਬੰਦਾ ਸਿਆਣਾ ਸੀ ਵੀ ਇਹਨੇ ਆਉਣ ਵਾਲੇ ਸਮੇਂ 'ਚ ਸ਼ਾਹਜਹਾਂ ਤੋਂ ਬਾਅਦ ਗੱਦੀ 'ਤੇ ਬਹਿਣਾ ਹੈ, ਇਹਨੂੰ ਖਤਮ ਕਰ ਦਿਓ, ਰਾਹ ਵਿੱਚੋਂ ਪਾਸੇ ਕਰ ਦਿਓ, ਰਾਜਪਾਲ ਸਾਡੇ ਕੋਲ ਰਹੇਗਾ। ਸ਼ਾਹਜਹਾਂ ਨੇ ਆਪਣੇ ਵੈਦ ਬੁਲਾਏ। ਹੁਣ ਤੁਸੀਂ ਇਹਨੂੰ ਇੱਦਾਂ ਸੋਚ ਕੇ ਵੇਖੋ, ਦੇਸ਼ ਦਾ ਆਗੂ ਹੈ, ਦੇਸ਼ ਦਾ ਬਾਦਸ਼ਾਹ ਹੈ, ਉਹਦਾ ਪੁੱਤਰ ਬਿਮਾਰ ਹੈ, ਉਹ ਤਾਂ ਘਰ 'ਚ ਵੱਡੇ ਵੱਡੇ ਡਾਕਟਰ ਸੱਦ ਸਕਦਾ। ਕਿਸੇ ਦੇਸ਼ ਦਾ ਪ੍ਰਾਈਮ ਮਿਨਿਸਟਰ ਹੋਵੇ, ਉਹਦਾ ਪੁੱਤਰ ਬਿਮਾਰ ਹੋਵੇ, ਦੱਸੋ ਭਲਾ ਜੀ ਡਾਕਟਰ ਜਾਣਗੇ ਉਹਦੇ ਇਲਾਜ ਵਾਸਤੇ ਕਿ ਨਹੀਂ ਜਾਣਗੇ? ਬੋਲੋ ਭਾਈ ਜਾਣਗੇ। ਅੰਦਾਜ਼ਾ ਲਾਓ, ਦੇਸ਼ ਦਾ ਬਾਦਸ਼ਾਹ ਅਤੇ ਉਹਦਾ ਪੁੱਤ ਬਿਮਾਰ। ਉਹਨੇ ਆਪਣੇ ਵੈਦਾਂ ਨੂੰ ਪੁੱਛਿਆ ਇਹਦਾ ਕੋਈ ਇਲਾਜ ਹੈ? ਕਹਿੰਦੇ ਇਲਾਜ ਤਾਂ ਹੈ ਪਰ ਜੋ ਸਮਾਨ ਚਾਹੀਦਾ ਹੈ ਉਹ ਸਾਡੇ ਕੋਲ ਨਹੀਂ। ਕਹਿੰਦਾ ਹੈ ਕਿਸੇ ਕੋਲ? ਕਹਿੰਦੇ ਹਾਂਜੀ ਇੱਕ ਜਗ੍ਹਾ ਹੈ, ਸਿੱਖੋ ਮਾਣ ਕਰੋ ਇਸ ਗੱਲ 'ਤੇ। ਉਹ ਕਹਿੰਦਾ ਕਿੱਥੇ ਹੈ? ਕਹਿੰਦਾ ਕੀਰਤਪੁਰ ਸਾਹਿਬ ਗੁਰੂ ਹਰ ਰਾਏ ਪਾਤਸ਼ਾਹ ਦੇ ਵੈਦਖਾਨੇ ਵਿੱਚ। ਇੱਕ ਵਫਦ ਆਉਂਦਾ ਹੈ ਬਾਦਸ਼ਾਹ ਵੱਲੋਂ, ਵਫਦ ਆਉਂਦਾ ਹੈ ਕਿੱਥੇ? ਕੀਰਤਪੁਰ ਸਾਹਿਬ ਦੀ ਧਰਤੀ 'ਤੇ।
ਉਹ ਸਮਾਨ ਦਿੱਤਾ ਜਾਂਦਾ ਹੈ ਕਿ ਵੱਖਰੀ ਕਿਸਮ ਦੀ ਹਰੜ ਸੀ, ਭੇੜਾ ਸੀ, ਜੋ ਸਮਾਨ ਚਾਹੀਦਾ ਸੀ ਉਹ ਵੈਦਾਂ ਨੂੰ ਦਿੱਤਾ ਗਿਆ, ਵੈਦਾਂ ਨੇ ਉਹ ਸਮਾਨ ਮੁਹੱਈਆ ਕਰਾਇਆ। ਦਾਰਾ ਸ਼ਕੋ ਜਦੋਂ ਠੀਕ ਹੋਇਆ, ਉਹ ਨਮਸਕਾਰ ਕਰਨ ਵਾਸਤੇ ਗੁਰੂ ਹਰਿ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ। ਆ ਜਿਹੜੀਆਂ ਗੁਰਦੁਆਰੇ ਨਾਲ ਡਿਸਪੈਂਸਰੀਆਂ ਨੇ, ਨਿੱਕੇ ਨਿੱਕੇ ਹੋਸਪਿਟਲ ਨੇ, ਇਹ ਗੁਰੂ ਸਾਹਿਬ ਨੇ ਕੰਮ ਸ਼ੁਰੂ ਕੀਤਾ ਸੀ। ਜਿਹੜਾ ਸਰੀਰ ਦਾ ਰੋਗੀ ਉਹਦਾ ਇਲਾਜ ਡਾਕਟਰ ਅਤੇ ਵੈਦ ਕਰੇ, ਜਿਹੜਾ ਮਨ ਦਾ ਰੋਗੀ ਉਹਦਾ ਇਲਾਜ ਗੁਰੂ ਦੀ ਬਾਣੀ ਨਾਲ ਕੀਤਾ ਜਾਵੇ। ਅਸੀਂ ਇਹ ਭੁੱਲ ਬੈਠੇ, ਅਸੀਂ ਵਿਸਾਰ ਦਿੱਤੀ ਇਹ ਗੱਲ, ਅਸੀਂ ਫਾਂਡਿਆਂ 'ਤੇ ਵਿਸ਼ਵਾਸ ਕਰਨ ਲੱਗ ਪਏ, ਅਸੀਂ ਟੂਣਿਆਂ 'ਤੇ ਵਿਸ਼ਵਾਸ ਕਰਨ ਲੱਗ ਪਏ। ਸਾਡੇ ਤਾਂ ਇੱਦਾਂ ਕਹਿਣਗੇ, ਇੱਦਾਂ ਹੀ ਬਾਬਾ ਹੱਥ ਫੇਰਦਾ ਪੱਥਰੀ ਬਾਹਰ ਕੱਢ ਦਿੰਦਾ, ਪੱਥਰੀ ਪਹਿਲਾਂ ਹੀ ਉਹਦੇ ਆਟੇ ਦੇ ਪੇੜੇ 'ਚ ਹੁੰਦੀ ਹੈ। ਉਹ ਬਾਅਦ ਵਿੱਚ ਕਈਆਂ ਨੂੰ ਕਈ ਕਈ ਸਾਲ ਬਾਅਦ ਪਤਾ ਲੱਗਦਾ ਵੀ ਬੰਦਾ ਮਰਿਆ ਹੀ ਉਸ ਘਟਨਾ ਦੇ ਨਾਲ। ਗੁਰੂ ਸਾਹਿਬ ਨੇ ਜਿਸ ਵਿਚਾਰ ਵਿੱਚੋਂ ਕੱਢਿਆ ਸੀ, ਮੇਰੀ ਅਰਦਾਸ ਇਹ ਹੋਣੀ ਚਾਹੀਦੀ ਹੈ, ਮੈਨੂੰ ਵਾਸ਼ਨਾਵਾਂ ਤੰਗ ਕਰਦੀਆਂ, ਮੈਨੂੰ ਲਾਲਚ ਤੰਗ ਕਰਦਾ, ਮੈਨੂੰ ਕ੍ਰੋਧ ਤੰਗ ਕਰਦਾ, ਮੈਨੂੰ ਹੰਕਾਰ ਇੱਕ ਥਾਂ 'ਤੇ ਬਹਿਣ ਨਹੀਂ ਦਿੰਦਾ। ਰਾਖ ਬਚਾ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ, ਮੇਰੇ 'ਚ ਕੋਈ ਗੁਣ ਨਹੀਂ। ਮੋਹੇ ਨਿਰਗੁਣ ਸਭ ਗੁਣ ਤੇਰੇ। ਕਾਹਦੀ ਅਰਦਾਸ ਹੈ ਆਹ ਸੁਣਿਓ ਹੁਣ ਧਿਆਨ ਨਾਲ। ਪੰਚ ਬਿਖਾਦੀ ਏਕ ਗਰੀਬਾ, ਮੈਂ ਗਰੀਬ ਕੋਈ ਹਾਂ। ਉਹ ਪੰਜ ਨੇ, ਕਿਸੇ ਘਰ 'ਚ ਇੱਕ ਚੋਰ ਆ ਜਾਏ ਨਾ, ਤੂੰ ਕਈ ਵਾਰੀ ਇਹੋ ਜਿਹਾ ਹੱਥ ਫੇਰਦਾ, ਕਈਆਂ ਸਾਲਾਂ ਦੀ ਮਿਹਨਤ ਕੀਤੀ, ਰਾਹ ਪੈਂਦਾ ਅਤੇ ਪਰਿਵਾਰ ਦੁਬਾਰਾ ਖੜ੍ਹਾ ਨਹੀਂ ਹੋ ਪਾਉਂਦਾ। ਅਤੇ ਜਿੱਥੇ ਪੰਜ ਚੋਰ ਆਉਂਦੇ ਹੋਣ ਘਰ 'ਚ, ਜਿਸ ਘਰ ਵਿੱਚ ਤੇਰਾ ਜਿਸਮ ਰਹਿੰਦਾ ਹੈ, ਤੇਰਾ ਪਰਿਵਾਰ ਰਹਿੰਦਾ ਹੈ, ਤੇਰੀ ਪਤਨੀ, ਤੇਰੀ ਮਾਤਾ, ਤੇਰੇ ਬੱਚੇ ਰਹਿੰਦੇ ਨੇ, ਉਹ 'ਚ ਚੋਰੀ ਹੋ ਜਾਏ ਤਾਂ ਤੂੰ ਥਾਣੇ FIR ਦਰਜ ਕਰਾਉਣ ਜਾਂਦਾ। ਅਤੇ ਜੇ ਸਰੀਰ ਰੂਪੀ ਘਰ 'ਚ ਤੇਰਾ ਮਨ ਰਹਿੰਦਾ, ਇੱਥੇ ਪੰਜ ਚੋਰ ਰੋਜ਼ ਹੀ ਚੋਰੀਆਂ ਕਰੀ ਜਾਂਦੇ, ਤੂੰ ਤਾਂ ਰੌਲਾ ਵੀ ਨਹੀਂ ਪਾਇਆ ਕਦੇ, ਤੂੰ ਤਾਂ ਹੂਕ ਵੀ ਨਹੀਂ ਕੱਢੀ, ਤੂੰ ਤਾਂ ਬੋਲਿਆ ਵੀ ਨਹੀਂ। ਮਹਾਰਾਜ ਇੱਥੇ ਵੀ ਆ ਕੇ ਕਹਿੰਦੇ, ਹਾਂਜੀ ਕਿਹੜੇ? ਇਸ ਦੇਹੀ ਅੰਦਰ ਬੋਲ ਪੰਚ ਚੋਰ ਵਸੈ, ਕਿਹੜੇ ਕਿਹੜੇ ਗਿਣੋ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਅੰਮ੍ਰਿਤ ਲੁੱਟੈ, ਅੰਮ੍ਰਿਤ ਉਹ ਲੁੱਟ ਕੇ ਲੈ ਗਏ, ਮੈਂ ਅੰਮ੍ਰਿਤਧਾਰੀ ਕਿੱਥੋਂ ਰਹਿਣਾ ਸੀ? ਮੈਂ ਭਰਾਵਾਂ ਨਾਲ ਕਿੱਦਾਂ ਚੰਗਾ ਵੇਖਣਾ ਸੀ? ਮੈਂ ਦੋਸਤਾਂ ਮਿੱਤਰਾਂ ਨਾਲ, ਸਹੁਰਿਆਂ ਨਾਲ, ਭੈਣਾਂ ਭਰਾਵਾਂ ਨਾਲ, ਸਮਾਜ ਨਾਲ ਕਿੱਥੋਂ ਚੰਗਾ ਵਰਤਾਅ ਕਰਨਾ ਸੀ? ਅੰਮ੍ਰਿਤ ਉਹ ਲੁੱਟ ਕੇ ਰਹਿ ਗਏ, ਮੇਰੇ ਕੋਲ ਜ਼ਹਿਰ ਰਹਿ ਗਿਆ, ਅਤੇ ਜ਼ਹਿਰ ਨਾਲ ਤਾਂ ਫਿਰ ਮੇਰਾ ਉਹੋ ਜਿਹਾ ਵਿਆਹ ਹੋਣਾ। ਅੰਮ੍ਰਿਤ ਲੁੱਟੈ ਬੋਲੋ, ਮਨ ਮੁੱਖ ਨਹੀਂ ਬੂਝੈ, ਕਿੱਡੀ ਪਿਆਰੀ, ਕੋਈ ਨਾ ਸੁਣੈ ਪੁਕਾਰਾ। ਇਸ ਦੇਹੀ ਅੰਦਰ ਪੰਚ ਚੋਰ ਵਸੇ, ਕਾਮ। ਹੁਣ ਜਦੋਂ ਮੇਰੇ ਅੰਦਰੋਂ ਇਹ ਚੀਜ਼ਾਂ, ਮੇਰੇ ਅੰਦਰ ਪੰਜ ਚੋਰ ਵਸਦੇ, ਕਾਮ, ਹੁਣ ਕਾਮ ਚੋਰ ਵਸਦਾ ਅੰਦਰ, ਉਹਨੇ ਪਤਨੀ ਜੋਗਾ ਨਾ ਛੱਡਿਆ, ਉਹਨੇ ਪਤੀ ਜੋਗਾ ਨਾ ਛੱਡਿਆ, ਉਹਨੇ ਸਮਾਜ ਵਿੱਚ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਾ ਛੱਡਿਆ ਕਿ ਕੱਲ੍ਹ ਮੈਂ ਆਪਣੇ ਬੱਚਿਆਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਾਂ। ਜਦੋਂ ਕਾਮ ਵਾਸ਼ਨਾਵਾਂ ਦੇ ਵਹਿਣ 'ਚ ਬੰਦਾ ਰੁੜਦਾ, ਤਵੱਜੋ ਦੇ ਕੇ ਸੁਣਿਓ, ਬਾਪ ਆਪਣੇ ਪੁੱਤਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਕਰ ਸਕਦਾ, ਮਾਂ ਆਪਣੀ ਧੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕੋਈ ਸਿੱਖਿਆ ਨਹੀਂ ਦੇ ਸਕਦੀ। ਜਦੋਂ ਉਸ ਵਹਿਣ ਵਿੱਚ ਬਹਿੰਦਾ, ਇਹ ਕਿਰਦਾਰ ਸੀ ਸਿੱਖਾਂ ਦਾ, ਜਿਹਨੂੰ ਚੰਦਨ ਆਖਿਆ ਸੀ, ਚੰਦਨ, ਤੇਰਾ ਨਾਮ ਕਰੀ ਚੰਨਾਠੀ ਹੈ ਜੇ ਮਨ ਉਰਸਾ ਹੋਏ। ਜਿਵੇਂ ਚੰਦਨ ਦੀ ਲੱਕੜ ਮਹਿੰਗੀ, ਇੱਦਾਂ ਹੀ ਕਿਰਦਾਰ ਮਹਿੰਗਾ। ਚੰਦਨ ਤਾਂ ਬਾਜ਼ਾਰੋਂ ਖਰੀਦਿਆ ਜਾ ਸਕਦਾ, ਪਰ ਕਿਰਦਾਰ ਬਾਜ਼ਾਰਾਂ 'ਚੋਂ ਨਹੀਂ ਮਿਲਦਾ। ਇੱਥੇ ਪਾਤਸ਼ਾਹ ਕਹਿੰਦੇ ਨੇ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਏਕ ਗ੍ਰੇ, ਇੱਕ ਘਰ ਹੈ, ਏਕ ਗ੍ਰੇ ਦਸ ਦੁਆਰ ਹੈ ਜਾ ਕੇ, ਇੱਕ ਘਰ ਇਹਦੇ ਦਸ ਦਰਵਾਜ਼ੇ ਹੈ। ਏਕ ਗ੍ਰੇ ਦਸ ਦੁਆਰ ਹੈ ਜਾ ਕੇ, ਐਨ ਤਸਕਰ ਪੰਜ ਚੋਰ ਲਗਈਆ, ਪੰਜ ਚੋਰ ਲੱਗੇ ਹੋਏ ਨੇ, ਸਮਾਨ ਸੁੱਚੀ ਜਾਂਦੇ ਨੇ। ਐਨ ਤਸਕਰ ਪੰਜ ਚੋਰ ਲਗਈਆ, ਧਰਮ ਅਰਥ ਸਭ ਹਿਰ ਲੈ ਜਾਵੇ, ਮੇਰਾ ਧਰਮ ਲੈ ਗਏ ਖੋ ਖੋ,
ਰਿਹਾ ਅੱਜ ਬੰਦੇ ਕੋਲ ਧਰਮ, ਅੱਜ ਬੰਦੇ ਨੂੰ ਸਮਝਾਉਣਾ ਪੈ ਰਿਹਾ ਉਹ ਜੇ ਘਰ 'ਚ ਪਹਿਲੀ ਧੀ ਹੈ ਦੂਜੀ ਵੀ ਧੀ ਆ ਰਹੀ ਤੇ ਆਉਣ ਦੇ ਨੇ, ਉਹ ਪੈਸੇ ਦੇ ਵੀ ਡਾਕਟਰ ਕੋਲੋਂ ਕਤਲ ਕਰਵਾ ਰਿਹਾ ਉਹਨੂੰ, ਧਰਮ ਰਿਹਾ। ਅੱਜ ਕੈਮਰੇ ਦਾ ਤਾਂ ਡਰ ਹੈ ਵੀ ਰਿਕਾਰਡਿੰਗ ਨਾ ਹੋ ਜਾਵੇ ਗਲਤ ਕੰਮ ਕਰਦੇ, ਪਰ ਇਹ ਭੁੱਲ ਗਿਆ ਵੀ ਇਹ ਤਾਂ ਕੈਮਰੇ ਦੀਆਂ ਰਿਕਾਰਡਿੰਗਾਂ ਡਿਲੀਟ ਹੋ ਸਕਦੀਆਂ, ਪਰ ਇੱਕ ਉਹਦਾ ਵੀ ਕੈਮਰਾ ਹੈਗਾ ਨਾ ਜਿਹਨੂੰ ਰੋਜ਼ ਕਹਿਣਾ ਅੰਤਰਜਾਮੀ ਹੈ, ਪੁਰਖ ਵਧਾਤੇ ਹੈ, ਰੋਜ਼ ਹੀ ਕਹਿੰਦਾ ਤੂੰ ਅੰਦਰ ਦਾ ਜਾਣਨ ਵਾਲਾ ਹੈ, ਉਹਦੇ ਕੈਮਰੇ ਦੀ ਰਿਕਾਰਡਿੰਗ ਕਿੱਦਾਂ ਡਿਲੀਟ ਕਰਾਏਗਾ ਤੂੰ? ਪਰੇਸ਼ਾਨੀ ਤਾਂ ਇਹ ਆ ਰਹੀ ਹੈ, ਗੁਰੂ ਪਾਤਸ਼ਾਹ ਦੀ ਬਾਣੀ ਦਾ ਵਾਕ ਹੈ ਕਹਿੰਦੇ ਦਿਨ ਰਾਤ ਚੋਰ ਲੱਗੇ ਹੋਏ ਨੇ, ਖਿੱਚ ਖਿੱਚ ਲਈ ਜਾ ਰਹੇ ਨੇ, ਪੰਜ ਵਿਖਾਦੀ, ਪੰਜ ਨੇ ਵਿਖਾਦੀ ਝਗੜਾ ਕਰਨ ਵਾਲੇ, ਪੰਜ ਵਿਖਾਦੀ ਇੱਕ ਗਰੀਬਾ, ਮੈਂ ਇਕੱਲਾ ਕਿੱਦਾਂ ਮੁਕਾਬਲਾ ਕਰਾਂ? ਆਹ ਅਰਦਾਸ ਹੈ ਕਿ ਮੈਨੂੰ ਇੰਨੀ ਕੁ ਤਾਕਤ ਬਖਸ਼ ਇਹਨਾਂ ਨੂੰ ਨਰੜ ਕੇ ਮੈਂ ਸੁੱਟ ਸਕਾਂ, ਇਹਨਾਂ ਦਾ ਮੈਂ ਮੁਕਾਬਲਾ ਕਰ ਸਕਾਂ। ਇੱਕ ਬੇਨਤੀ ਕਰਾਂ ਸਾਧ ਸੰਗਤ, ਧਿਆਨ ਨਾਲ ਸੁਣਿਓ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਪੰਜ ਵਿਕਾਰ ਨੇ ਨਾ, ਭਾਵੇਂ ਕਿਸੇ ਪਰਿਵਾਰ ਦੀ ਲੜਾਈ ਹੈ, ਭਾਵੇਂ ਕਿਸੇ ਪਿੰਡ ਦੀ ਲੜਾਈ ਹੈ, ਭਾਵੇਂ ਕਿਸੇ ਸ਼ਹਿਰ ਦੀ ਲੜਾਈ ਹੈ, ਭਾਵੇਂ ਕਿਸੇ ਸਟੇਟ ਦੀ ਲੜਾਈ ਹੈ ਅਤੇ ਭਾਵੇਂ ਕਿਸੇ ਦੇਸ਼ ਦੀ ਲੜਾਈ ਹੈ, ਇਹਨਾਂ ਪੰਜਾਂ ਤੋਂ ਬਿਨਾਂ ਛੇਵਾਂ ਕੋਈ ਕਾਰਨ ਨਹੀਂ। ਲੱਭ ਲਓ, ਇੱਥੇ ਬੈਠਿਆਂ ਬੈਠਿਆਂ ਹਿਸਾਬ ਲਾਓ, ਫਲਾਣੇ ਦੀ ਫਲਾਣੇ ਨਾਲ ਨਹੀਂ ਬਣਦੀ, ਇਹਨਾਂ 'ਚੋਂ ਪੰਜਾਂ 'ਚੋਂ ਕਿਹੜਾ ਵਿਕਾਰ ਹੈ? ਜੇ ਹਸਬੈਂਡ ਵਾਈਫ 'ਚ ਪ੍ਰੋਬਲਮ ਹੈ, ਭਰਾ ਭਰਾ 'ਚ ਨਹੀਂ ਬਣਦੀ, ਕਿਤੇ ਨਾ ਕਿਤੇ ਲਾਲਚ ਹੈ, ਇੱਕ ਵੱਧ ਖਾ ਰਿਹਾ ਦੂਜੇ ਦਾ ਹੱਕ ਮਾਰ ਰਿਹਾ, ਛੇਵਾਂ 'ਤੇ ਕੋਈ ਕਾਰਨ ਹੈ ਹੀ ਨਹੀਂ। ਛੇਵਾਂ ਕਾਰਨ ਹੈਗਾ ਤਾਂ ਲੱਭ ਕੇ ਵਿਖਾ ਦਿਓ। ਤੁਸੀਂ ਇਹ ਗੱਲ ਕਿਸੇ ਗੋਰੇ ਨੂੰ ਕਹੋ, ਕਿਸੇ ਕਾਲੇ ਨੂੰ ਕਹੋ, ਕਿਸੇ ਜੈਨੀ ਬੋਧੀ ਪਾਰਸੀ ਨੂੰ ਕਹੋ, ਵੀ ਇੱਦਾਂ ਲਿਖਿਆ ਬਾਣੀ, ਉਹ ਕਹੇਗਾ ਅੱਛਾ ਫਿਰ ਇਹ ਗੁਰੂ ਤੁਹਾਡਾ ਥੋੜ੍ਹਾ, ਇਹ ਤਾਂ ਸਮੁੱਚੀ ਮਾਨਵਤਾ ਦਾ ਗੁਰੂ ਹੈ, ਕਿਉਂਕਿ ਇਹ ਅੰਦਰ ਦੀ ਗੱਲ ਤਾਂ ਬਾਣੀ ਜੇ ਲਿਖੀ ਹੈ, ਇਹ ਪੰਜ ਵਿਕਾਰ ਤਾਂ ਹਰ ਇੱਕ ਨੂੰ ਤੰਗ ਕਰਦੇ ਨੇ, ਹਰ ਇੱਕ ਵਾਸਤੇ ਪਰੇਸ਼ਾਨੀ ਦੀ ਜੜ੍ਹ ਹੈ। ਗੁਰੂ ਸਾਹਿਬ ਜੀ ਕਹਿੰਦੇ ਪੰਜ ਵਿਖਾਦੀ, ਪੰਜ ਨੇ ਲੜਾਈ ਕਰਨ ਵਾਲੇ। ਹੁਣ ਆਪਾਂ ਕੀ ਕਹਿੰਦੇ ਹਾਂ, ਮੈਨੂੰ ਮੇਰੇ ਭਰਾ ਨੇ ਬੜਾ ਦੁਖੀ ਕੀਤਾ ਹੈ, ਮੈਨੂੰ ਮੇਰੇ ਸਹੁਰਿਆਂ ਬੜਾ ਦੁਖੀ ਕੀਤਾ ਹੈ, ਮੈਨੂੰ ਮੇਰੇ ਸਾਂਢੂ ਨੇ ਦੁਖੀ ਕੀਤਾ ਹੈ, ਮੈਨੂੰ ਫਲਾਣੇ ਨੇ ਦੁਖੀ ਕੀਤਾ ਹੈ। ਬਾਣੀ ਕਹਿੰਦੀ ਕਦੀ ਇਹ ਵੀ ਕਹਿ ਦਿਆ ਕਰ, ਮੈਨੂੰ ਮੇਰੇ ਲਾਲਚ ਨੇ ਦੁਖੀ ਕੀਤਾ। ਅੱਛਾ, ਪੁੱਤਰ ਦਾ ਆਨੰਦ ਕਾਰਜ ਧਰਿਆ ਹੋਵੇ, ਧਿਆਨ ਨਾਲ ਸੁਣਨ ਦਾ, ਪੁੱਤਰ ਦਾ ਆਨੰਦ ਕਾਰਜ ਧਰਿਆ ਹੋਵੇ, ਇੱਛਾ ਮਨ 'ਚ ਇਹ ਹੋਵੇ ਵੀ ਲੜਕੀ ਵਾਲੇ ਜੇ ਗੱਡੀ ਨਹੀਂ ਦਿੰਦੇ ਥੋੜ੍ਹਾ ਬਹੁਤਾ ਕੈਸ਼ ਦੇ ਦੇਣ, ਉੱਧਰੋਂ ਮਿਲੇ ਨਾ, ਦੱਸੋ ਭਲਾ ਜੀ ਜੇ ਆਸ ਲਾਈ ਹੋਏਗੀ ਬੰਦਾ ਮਨ ਦੁਖੀ ਹੋਏਗਾ ਕਿ ਨਹੀਂ ਹੋਏਗਾ ਜੀ? ਬੋਲ ਕੇ ਦੱਸੋ, ਉੱਚੀ ਬੋਲ ਕੇ ਦੱਸੋ, ਹੋਏਗਾ ਨਾ? ਹੁਣ ਦੱਸੋ ਭਲਾ ਇਹ ਦੁੱਖ ਕਾਹਤੋਂ ਹੋ ਰਿਹਾ? ਲਾਲਚ ਕਰਕੇ। ਅਤੇ ਐਵੇਂ ਕਹੀ ਜਾਵੇ ਸਹੁਰੇ ਚੰਗੇ ਨਹੀਂ ਹੈਗੇ, ਉਹੋ ਜਿਹਾ ਕੁੜਮ ਥੋੜ੍ਹਾ ਜਿਹੜਾ ਪਹਿਲਾਂ ਸੀ, ਹੁਣ ਪਹਿਲਾਂ ਜੱਫੀ ਪਾਉਣ ਲੱਗਿਆ ਉਹਨੇ ਮੁੰਦਰੀ ਪਾ ਦਿੱਤੀ। ਹੁਣ ਵੇਖਿਆ ਮਿਲਣੀ ਵੇਲੇ ਸਾਡੇ ਜਦੋਂ ਮੁੰਦਰੀ, ਇੱਕ ਜਿਹੜੀ ਮਿਲਣੀ ਸੀ ਪਤਾ ਕਦੋਂ ਸ਼ੁਰੂ ਹੋਈ ਸੀ? ਜਦੋਂ ਛੋਟੇ ਜਦੋਂ ਰਿਸ਼ਤੇ ਹੁੰਦੇ ਸੀ ਨਾ, ਪੁਰਾਣਾ ਜ਼ਮਾਨਾ ਸੀ, ਬਜ਼ੁਰਗਾਂ ਨੂੰ ਤਾਂ ਸ਼ਾਇਦ ਪਤਾ ਹੋਏਗਾ, ਜਦੋਂ ਲਾਗੀ ਰਿਸ਼ਤਾ ਕਰਾਉਂਦਾ ਸੀ ਪਿੰਡਾਂ 'ਚ, ਲੜਕੀ ਪਰਿਵਾਰ ਲੜਕੇ ਪਰਿਵਾਰ ਇੱਕ ਦੂਜੇ ਨੂੰ ਨਹੀਂ ਸੀ ਵੇਖਦੇ, ਉਹਨੇ ਫਿਰ ਇੱਦਾਂ ਮਿਲਾਉਣਾ ਵੀ ਇਹ ਲੜਕੇ ਦਾ ਪਿਤਾ ਹੈ, ਇਹ ਲੜਕੀ ਦਾ ਪਿਤਾ, ਮਿਲੋ ਜੀ ਇੱਦਾਂ। ਹੁਣ ਭਲਾ ਇੱਕ ਦੂਜੇ ਨੂੰ ਜਾਣਦੇ ਨਹੀਂ ਹੁੰਦੇ? ਬੋਲ ਕੇ ਦੱਸਿਓ ਜੀ, ਉਹ ਬੋਲੋ ਪਿਆਰੇ, ਉਹ ਜਾਣਦੇ ਹੁੰਦੇ ਆ ਨਾ, ਫਿਰ ਵੀ ਇੱਦਾਂ ਹੈ ਮੁੰਦਰੀ। ਅੱਛਾ, ਮੁੰਦਰੀ ਪਾਉਂਦਾ ਕੌਣ ਹੈ? ਲੜਕੇ ਦਾ ਪਿਤਾ ਲੜਕੀ ਦੇ ਬਾਪ ਨੂੰ ਕੌਣ ਪਾਉਂਦਾ ਜੀ? ਅੱਛਾ, ਇੱਕ ਤਾਂ ਅਗਲਾ ਧੀ ਪਾਲ ਕੇ ਜਵਾਨ ਕਰਕੇ ਦੇ ਰਿਹਾ, ਦੂਜੀ ਫਿਰ ਉਹਨੂੰ ਮੁੰਦਰੀ ਨਾਲ ਦੇਣੀ ਪੈ ਰਹੀ ਹੈ। ਹੈ ਦੁਨੀਆ ਦਾ ਕੋਈ ਅਸੂਲ? ਇਹੋ ਵਜ੍ਹਾ ਨਹੀਂ ਬਣ ਰਹੀ ਵੀ ਲੜਕੀਆਂ ਦਾ ਜਨਮ ਸਾਨੂੰ ਦੁਖਦਾ ਹੈ? ਇਹੋ ਵਜ੍ਹਾ ਨਹੀਂ ਬਣ ਰਹੀ? ਚਾਹੀਦਾ ਤਾਂ ਉਲਟ ਹੈ, ਮੈਂ ਕਦੇ ਕਦੇ ਸੋਚਦਾ ਚਾਹੀਦਾ ਤਾਂ ਇੱਦਾਂ ਸੀ, ਲੜਕੇ ਪਰਿਵਾਰ ਵਾਲੇ ਲੜਕੀ ਪਰਿਵਾਰ ਦੇ ਘਰ ਜਾਂਦੇ, ਧੀ ਸਾਡੀ ਸੀ ਪੈਦਾ ਤੁਹਾਡੇ ਘਰ ਹੋਈ ਹੈ, ਅਸੀਂ ਇਹਨੂੰ ਲੈਣ ਆਏ ਹਾਂ, ਜੋ ਜੋ ਤੁਸੀਂ ਇਹਦੀ ਪੜ੍ਹਾਈ 'ਤੇ ਖਰਚਾ ਕੀਤਾ, ਮਾਣ ਸਨਮਾਨ ਲਈ ਸਾਡੇ ਕੋਲੋਂ ਕੁਝ ਬਣਦਾ ਯੋਗਦਾਨ ਪਵਾਓ। ਹੁੰਦਾ ਕੀ ਹੈ ਭਲਾ? ਉੱਚੀ ਬੋਲੋ ਜੀ, ਕੰਮ ਉਸ ਤੋਂ ਉਲਟ ਹੁੰਦਾ। ਅੱਛਾ, ਰੋਟੀ ਲੜਕੀ ਵਾਲੇ ਖਵਾਉਂਦੇ, ਮੁੰਦਰੀਆਂ ਉਹ ਪਾਉਂਦੇ, ਛਾਪਾਂ ਚੱਲੇ ਉਹ ਪਾਉਂਦੇ, ਵੈਸੇ ਮੈਨੂੰ ਅਜੇ ਤੱਕ ਸਮਝ ਨਹੀਂ ਲੱਗੀ ਵੀ ਪੁੱਤਰ ਸਾਡੇ ਦਾ ਵਿਆਹ ਇਹ ਮਾਮਾ ਅਤੇ ਤਾਇਆ ਮੁੰਦਰੀ ਕਾਹਦੀ ਪਵਾ ਗਏ? ਬੋਲ ਕੇ ਦੱਸਿਓ, ਉਹ ਕਾਹਦੀ ਮੁੰਦਰੀ ਪਵਾ ਗਏ? ਸੋਚ ਕੇ ਵੇਖੋ। ਅੱਛਾ, ਸਾਡੇ ਪੰਜਾਬੀਆਂ 'ਚ ਇੱਕ ਹੋਰ ਰਿਵਾਜ਼ ਹੁੰਦਾ ਹੈ, ਸਾਡਿਆਂ 'ਚ ਕਈ ਵਾਰੀ ਤਾਇਆ ਚਾਚਿਆਂ ਨਾਲ ਬਣਦੀ ਨਹੀਂ ਹੁੰਦੀ, ਵਿਆਹ 'ਤੇ ਮਨਾਉਣ ਜਾਂਦੇ, ਫਿਰ ਫੁੱਫੜ ਨੂੰ ਨਾਲ ਖੜ ਕੇ ਵੀ ਚੱਲ ਤਾਏ ਨੂੰ ਮਨਾ ਲਿਆ, ਤਾਇਆ ਵੇਖ ਜਾਂਦਾ ਮੈਂ ਨਹੀਂ ਜਾਣਾ, ਉਹਨੂੰ ਫਿਰ ਇੱਦਾਂ ਕੰਨ 'ਚ ਕਹਿੰਦੇ ਕਰਦੇ, ਆਪਣੇ ਪੁੱਤ ਦਾ ਵਿਆਹ ਨਹੀਂ ਸੀ,
ਆਪਾਂ ਚਾਚੇ ਨੂੰ ਮੁੰਦਰੀ ਪਾਈ ਸੀ, ਹੁਣ ਤੇਰੀ ਵਾਰੀ ਆ। ਕਹਿੰਦਾ ਅੱਛਾ ਚਲੋ ਕੱਢੋ ਚਾਦਰ ਕੁੜਤਾ ਮੇਰਾ ਵੀ। ਮੁੰਦਰੀ ਨੇ ਮਿੰਟੋ ਮਿੰਟੀ ਬਾਪੂ ਨੂੰ ਤਿਆਰ ਕਰਤਾ, ਵਧਿਆ ਹੋਇਆ ਲਾਲਚ। ਜੇ ਤੁਸੀਂ ਦੁਖੀ ਨਹੀਂ ਹੋਣਾ ਚਾਹੁੰਦੇ, ਦੁਨੀਆਂ 'ਚ ਕੋਈ ਦੂਜੀ ਤਾਕਤ ਨਹੀਂ ਜਿਹੜੀ ਤੁਹਾਨੂੰ ਦੁਖੀ ਕਰ ਸਕੇ। ਇਹ ਬਾਣੀ ਦਾ ਵਾਕ ਹੈ, ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ। ਸਮੇਂ ਦੀ ਸਰਕਾਰ ਕਲਗੀਧਰ ਪਾਤਸ਼ਾਹ ਦੀ ਅੱਖਾਂ 'ਚ ਅੱਥਰੂ ਵੇਖਣਾ ਚਾਹੁੰਦੀ ਹੈ। ਇਸ ਤੋਂ ਵੱਡੀ ਉਦਾਹਰਨ ਹੈ ਵੀ ਪੁੱਤਰ ਕੁਰਬਾਨ ਹੋ ਗਏ, ਬਾਪ ਦੁਨੀਆਂ ਤੋਂ ਸਰੀਰਕ ਤੌਰ 'ਤੇ ਚਲਾ ਗਿਆ, ਪਰ ਹਜ਼ੂਮੇ ਗਮ ਮੇਰੀ ਫਿਤਰਤ ਕੋ ਬਦਲ ਨਹੀਂ ਸਕਦੇ, ਕਿਆ ਕਰੂੰ ਮੇਰੀ ਆਦਤ ਹੈ ਮੁਸਕਰਾਉਣੀ। ਜੇ ਤੁਸੀਂ ਜ਼ਿੰਦਗੀ ਜੂਣੀ ਕਿੱਦਾਂ ਹੈ ਤੁਹਾਡੇ ਵੱਸ ਹੈ, ਤੁਸੀਂ ਹੱਸ ਕੇ ਜਿਉਣੀ ਹੈ ਰੋ ਕੇ ਜਿਉਣੀ ਹੈ, ਡਿਪੈਂਡ ਤੁਹਾਡੇ 'ਤੇ। ਪਾਤਸ਼ਾਹ ਦੀ ਬਾਣੀ ਕਹਿੰਦੀ ਪੰਚ ਬਿਖਾਦੀ, ਪੰਜ ਨੇ ਜਿਹੜੇ ਲੜਾਈ ਪਾਉਣ ਵਾਲੇ, ਤਾਂ ਮੈਂ ਇਕੱਲਾ ਕਰਾਂ। ਅਰਦਾਸ ਸਾਡੀ ਹੋਣੀ ਚਾਹੀਦੀ, ਦਾਤਾ ਮੈਨੂੰ ਤਾਕਤ ਬਖਸ਼ੇ, ਮੈਂ ਪੰਜਾਂ ਦਾ ਮੁਕਾਬਲਾ ਕਰ ਸਕਾਂ। ਅਸੀਂ ਕੀ ਮੰਗਦੇ ਹਾਂ, ਕੋਈ ਆਟਾ ਮੰਗੀ ਜਾਂਦਾ, ਕੋਈ ਦਾਲ ਮੰਗੀ ਜਾਂਦਾ, ਕੋਈ ਨੌਕਰੀ ਮੰਗੀ ਜਾਂਦੇ। ਇਹ ਚੀਜ਼ਾਂ ਤਾਂ ਮਿਲ ਜਾਣੀਆਂ ਜੇ ਤੇਰੇ 'ਚ ਤਾਕਤ ਹੋਈ। ਤੂੰ ਮੰਗ, ਮੇਰਾ ਮਨ ਸਟਰੋਂਗ ਹੋਵੇ, ਮੈਂ ਮਨ ਕਰਕੇ ਇੰਨਾ ਤਾਕਤਵਰ ਹੋ ਜਾਵਾਂ। ਪੰਚ ਬਿਖਾਦੀ ਏਕ ਗਰੀਬਾ ਰੱਖੋ, ਰਾਖਣ ਹਾਰੇ ਖੇਦ ਕਰੇ। ਖੇਦ ਕਹਿੰਦੇ ਨੇ ਲੜਾਈ ਨੂੰ, ਝਗੜਾ ਨੂੰ। ਮਾਲਕ ਜੀ ਮੇਰੇ ਅੰਦਰ ਉਹਨਾਂ ਖੌਰੂ ਪਾਇਆ। ਇੱਕ ਬੇਨਤੀ ਕਰਾਂ, ਜਦੋਂ ਕਿਸੇ ਘਰ 'ਚ ਲੜਾਈ ਹੁੰਦੀ ਹੈ ਨਾ, ਲੜਾਈ ਘਰ 'ਚ ਬਾਅਦ 'ਚ ਹੁੰਦੀ, ਪਹਿਲਾਂ ਇੱਥੇ ਹੁੰਦੀ ਹੈ। ਦਿਮਾਗ ਹੁੰਦੀ ਹੈ ਕਿ ਨਹੀਂ ਹੁੰਦੀ, ਬੋਲ ਕੇ ਦੱਸੋ। ਇੱਥੇ ਲੜਾਈ ਕੀਤਾ ਕਿੱਦਾਂ ਦੀ ਚੱਲਦੀ ਸੀ, ਬਹਾਨਾ ਨਹੀਂ ਸੀ ਮਿਲ ਰਿਹਾ। ਤੁਸੀਂ ਵੇਖਿਆ ਪਰਿਵਾਰ 'ਚ ਇੱਕ ਜੀ ਲੜਾਈ ਕਰਨ ਚਾਹੁੰਦਾ ਹੋਵੇ, ਦੂਜਾ ਟਾਲਣਾ ਚਾਹੁੰਦਾ ਹੋਵੇ, ਉਹ ਬਚ ਜਾਂਦਾ, ਉਹ ਲੜਾਈ ਤੋਂ ਪਰਾਂ ਹੋ ਜਾਂਦਾ। ਪਤਾ ਉਹਨੂੰ ਵੀ ਹੁੰਦਾ ਮੈਂ ਤਾਂ ਬੜੇ ਦਿਨਾਂ ਦਾ ਲੜਨਾ ਚਾਹੁੰਦਾ ਸੀ, ਪਰ ਅਗਲਾ ਹੀ ਨਹੀਂ, ਮਾਹੌਲ ਨਹੀਂ ਸੀ ਬਣ ਦੇ ਰਿਹਾ, ਮੈਂ ਇਕੱਲਾ ਕਿੱਦਾਂ ਲੜਦਾ। ਖੌਰੂ ਬੰਦੇ ਦੇ ਅੰਦਰ ਪੰਜਾਂ ਨੇ ਪਾਇਆ ਹੋਇਆ ਹੈ। ਤੇਰਾ ਬਾਣੀ ਪੜ੍ਹਨ ਦਾ ਮਕਸਦ, ਤੇਰਾ ਗੁਰੂ ਦੀ ਗੋਚ ਬਹਿਣ ਦਾ ਮਕਸਦ ਇਹ ਚਾਹੀਦਾ, ਇਹ ਪੰਜ ਮੈਂ ਇਹਨਾਂ ਨੂੰ ਨੱਥ ਪਾਲਾਂ, ਮੈਂ ਅੰਦਰੋਂ ਸ਼ਾਂਤ ਹੋ ਸਕਾਂ। ਯਾਦ ਰੱਖਿਓ, ਜੇ ਇੱਥੇ ਸ਼ਾਂਤੀ ਹੈ ਤਾਂ ਘਰ 'ਚ ਸ਼ਾਂਤੀ, ਜੇ ਇੱਥੇ ਸ਼ਾਂਤੀ ਨਹੀਂ ਘਰ 'ਚ ਸ਼ਾਂਤੀ ਨਹੀਂ ਹੋਏਗੀ। ਬਾਣੀ 'ਚ ਲਿਖਿਆ ਘਰ ਸੁੱਖ ਵਸਿਆ, ਕਿਹੜਾ ਘਰ, ਮਨ ਰੂਪੀ ਘਰ। ਜਿਹਨੂੰ ਬਾਣੀ 'ਚ ਲਿਖਿਆ ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਜਿਹਦੇ ਅੰਦਰ ਸੁੱਖ ਆ ਉਹਨੂੰ ਬਾਹਰ ਵੀ ਸੁੱਖ ਸੁੱਖ ਹੀ ਦਿਸਣਾ, ਜਿਹਦਾ ਅੰਦਰੋਂ ਕਲਪਿਆ ਉਹਨੂੰ ਬਾਹਰ ਵੀ ਮਾਹੌਲ ਲੜਾਈ ਵਾਲੇ ਦਿਸਣ। ਪੰਚ ਬਿਖਾਦੀ ਏਕ ਗਰੀਬਾ ਰੱਖੋ, ਰਾਖਣ ਹਾਰੇ ਖੇਦ ਕਰੇ ਅਰ ਬਹੁ ਸੰਤਾਂ ਵੇ। ਸਾਡਾ ਬਹਾਨਾ ਕੀ ਹੁੰਦਾ, ਮੈਨੂੰ ਫਲਾਣਾ ਬੜਾ ਸਤਾਉਂਦਾ, ਮੈਂ ਤਾਂ ਦੁਖੀ ਹਾਂ। ਮਹਾਰਾਜ ਕਹਿੰਦੇ ਕਦੀ ਇਹ ਵੀ ਕਹਿ ਦਿਆ ਕਰ ਮੈਨੂੰ ਲਾਲਚ ਬੜਾ ਸਤਾਉਂਦਾ, ਕਦੀ ਇਹ ਵੀ ਕਹਿ ਦਿਆ ਕਰ ਮੈਨੂੰ ਕਾਮ ਵਾਸ਼ਨਾ ਬੜੀਆਂ ਸਤਾਉਂਦੀਆਂ, ਮੈਂ ਤਾਂ ਨਹੀਂ ਘਰ 'ਚ ਸਹੀ ਰਹਿੰਦਾ। ਕਦੀ ਇਹ ਵੀ ਕਹਿ ਦਿਆ ਕਰ ਮੈਨੂੰ ਹੰਕਾਰ ਨਹੀਂ ਖਲੋਣ ਦਿੰਦਾ, ਮੈਂ ਤਾਂ ਲੜਾਈ ਪਾ ਕੇ ਬਹਿ ਜਾਂਦਾ, ਮੈਨੂੰ ਸਰੋਪਾ ਨਹੀਂ ਦਿੱਤਾ ਤੁਸੀਂ। ਆਖੋ ਸਤਨਾਮ ਸਿੰਘ ਜੀ, ਮੇਰਾ ਨਾਂ ਨਹੀਂ ਲਿਖਿਆ ਤੁਸੀਂ ਇੱਥੇ, ਹੋ ਜਾਂਦਾ ਕਿ ਨਹੀਂ ਹੋ ਜਾਂਦਾ। ਰਾਏ ਹੋਏ ਦੀ ਤਲਵੰਡੀ, ਰਾਏ ਬੁਲਾਰ ਦੇ ਦਾਦਿਆਂ ਪੜਦਾਦਿਆਂ ਦੇ ਨਾਂ 'ਤੇ ਵਸਿਆ ਸ਼ਹਿਰ। ਉਹ ਇੰਨਾ ਪ੍ਰਭਾਵਿਤ ਹੋਇਆ, ਕਹਿੰਦਾ ਗੁਰੂ ਨਾਨਕ ਸਾਹਿਬ ਜਿਹੜਾ ਸ਼ਹਿਰ ਮੇਰਿਆਂ ਦਾਦਿਆਂ ਪੜਦਾਦਿਆਂ ਨੇ ਵਸਾਇਆ ਸੀ, ਮੈਂ ਚਾਹੁੰਦਾ ਇਸ ਸ਼ਹਿਰ ਦਾ ਨਾਂ ਤੁਹਾਡੇ ਨਾਂ ਤੋਂ ਹੋਵੇ। ਉਹਨੇ ਪ੍ਰਭਾਵਿਤ ਹੋ ਕੇ ਨਨਕਾਣਾ ਸਾਹਿਬ ਰੱਖ ਦਿੱਤਾ, ਅਤੇ ਸਾਡੇ ਵਰਗੇ ਪੰਜ ਥਾਲੀਆਂ ਚੜ੍ਹਾਉਣ 'ਤੇ ਪਹਿਲਾਂ ਉੱਥੇ ਕੀ ਲਿਖਾਉਂਦੇ, ਆਖੋ ਸਤਨਾਮ ਸ਼੍ਰੀ ਕੀ ਲਿਖਾਉਂਦੇ, ਬੋਲ ਕੇ ਦੱਸੋ, ਉੱਚੀ ਬੋਲੋ। ਇੱਦਾਂ ਮੈਂ ਬੋਲ ਦੇਣਾ ਜੀ, ਕਈ ਵਾਰ ਨੂੰ ਬੋਲਣ ਲੱਗਿਆ ਸੰਗ ਆਉਂਦੀ ਹੈ। ਇਹ ਸੇਵਾ ਸਰਦਾਰ ਸਰਬਜੀਤ ਸਿੰਘ ਜੀ ਨੇ, ਹੁਣ ਇਹ ਨਾ ਗੁੱਸਾ ਕਰ ਲਿਓ ਜੇ ਤੁਹਾਡੇ 'ਚੋਂ ਕਿਸੇ ਦਾ ਨਾਂ ਹੋਵੇ, ਮੈਂ ਆਪਣੀ ਗੱਲ ਕਰ ਦਿੰਦੀ। ਸਾਡਾ ਤਾਂ ਵੱਸ ਨਹੀਂ ਚੱਲਦਾ, ਜੇ ਕਿਤੇ ਦਾਲ ਦੇ ਦਾਣਿਆਂ 'ਤੇ ਨਾਂ ਲਿਖਦਾ ਹੋਵੇ ਨਾ, ਇੱਦਾਂ ਦੀ ਮਸ਼ੀਨ ਬਣ ਜਾਵੇ, ਇਕੱਲੇ ਇਕੱਲੇ ਦਾਣੇ 'ਤੇ ਇੱਕ ਇੱਕ ਅੱਖਰ ਲਿਖਦਾ ਵੀ ਦਾਲ ਖਾਣ ਵਾਲਿਆ, ਪ੍ਰਸ਼ਾਦਾ ਛਕਣ ਵਾਲਿਆ, ਇਹ ਪ੍ਰਸ਼ਾਦੇ ਮੈਂ ਦਿੱਤੇ ਨੇ। ਵੈਸੇ ਬਾਹਰ ਨਹੀਂ ਅਜੇ ਬਿਮਾਰੀ ਆਈ, ਪਰ ਪੰਜਾਬ ਮੰਨਦੇ ਹੈਗੀ ਹੈ ਨਾ, ਉੱਥੇ ਪੱਖਿਆਂ 'ਤੇ ਲਿਖਿਆ ਹੁੰਦਾ, ਫਰਾਂ 'ਤੇ ਬਾਪੂ ਟੰਗੇ ਹੁੰਦੇ ਨੇ। ਏਦਾਂ ਮਾਤਾ, ਅੱਛਾ ਘਰ ਦੇ ਕਿਸੇ ਨੇ ਪੱਖੇ 'ਤੇ ਏਸੀ 'ਤੇ ਆਪਣਾ ਨਾਂ ਲਿਖਾਇਆ, ਇਹ ਗੁਰਦੁਆਰੇ ਕਿਉਂ ਲਿਖਾਉਣਾ ਪੈਂਦਾ, ਤਾਂ ਕਿ ਪਤਾ ਲੱਗ ਜਾਏ ਹਵਾ ਲੈਣ ਵਾਲਿਆ ਕਿ ਸਾਡੇ ਦਾਦੇ ਦੀ ਮਿਹਰਬਾਨੀ ਹੈ, ਉਹ ਮਰਿਆ ਅਤੇ ਪੱਖਾ ਚੜਾਇਆ। ਫਿਰ ਸਾਡੇ ਵਰਗੇ ਨੂੰ ਕਹਿਣਾ ਪੈਂਦਾ ਜੇ ਮੱਛਰ ਲੜਦਾ ਹੋਵੇ, ਇੱਦਾਂ ਦੁਨੀਆਂ ਤੋਂ ਦਾਦੇ ਜਾਂਦੇ ਰਹਿਣ 'ਤੇ ਵਧੀਆ ਵਧੀਆ ਪੱਖੇ, ਫਿਰ ਕਹਿਣਾ ਪਵੇਗਾ ਸਾਨੂੰ? ਕਿਉਂ ਪੁੱਠੀਆਂ ਅਰਦਾਸਾਂ ਕਰਨਾ ਗਜਾਉਂਦੇ ਹੋ ਤੁਸੀਂ ਵੀ
ਕੀ ਮੈਂ ਰਾਏ ਬੁਲਾਰ ਇੱਥੇ ਤਾਂ ਧੱਕੇ ਨਾਲ ਜਿੱਥੇ ਗੁਰੂ ਦਾ ਪ੍ਰਕਾਸ਼ ਹੋਵੇ ਬੰਦਾ ਉੱਥੇ ਵੀ ਕਬਜ਼ਾ ਕਰਨਾ ਚਾਹੁੰਦਾ ਹੈ, ਉਹ ਕਿੰਨਾ ਪ੍ਰਭਾਵਿਤ ਹੋਇਆ ਹੋਵੇਗਾ ਕਿ ਉਹਨੇ ਆਪਣੇ ਦਾਦਿਆਂ ਪੜਦਾਦਿਆਂ ਦੇ ਨਾਂ 'ਤੇ ਵਸੇ ਸ਼ਹਿਰ ਨੂੰ ਕਹਿਤਾ ਇਹਦਾ ਨਾਂ ਅੱਜ ਤੋਂ ਬਾਅਦ ਨਨਕਾਣਾ ਸਾਹਿਬ। ਪਰ ਸਿੱਖ ਭੁੱਲ ਬੈਠਾ, 1500 ਏਕੜ ਜ਼ਮੀਨ ਸੀ ਰਾਏ ਬੁਲਾਰ ਦੀ ਆਪਣੀ। ਕਿੰਨੀ ਜ਼ਮੀਨ ਜੀ? 750 ਏਕੜ ਜ਼ਮੀਨ ਉਹਨੇ ਗੁਰੂ ਨਾਨਕ ਸਾਹਿਬ ਦੇ ਨਾਲ ਲਵਾਈ। ਇੱਥੇ ਜਿਹੜੀਆਂ ਗੁਰਦੁਆਰੇ ਦੀਆਂ ਜ਼ਮੀਨਾਂ ਹੁੰਦੀਆਂ ਕਈ ਵਾਰੀ ਉਹਨਾਂ 'ਤੇ ਵੀ ਬੰਦਾ ਕਬਜ਼ਾ ਕਰਨ ਦੀ ਉੱਚੀ ਬੋਲ ਕੇ ਦੱਸੇ। ਹੁਣ ਮੈਂ ਸਾਰਾ ਕੁਝ ਥੋੜ੍ਹਾ ਬੋਲਣਾ, ਤੁਸੀਂ ਵੀ ਤਾਂ ਲੰਗਰ ਛਕਣਾ ਹੀ ਹੈ, ਸਾਰੀਆਂ ਡਿਊਟੀਆਂ ਸਾਡੀਆਂ, ਥੋੜ੍ਹਾ ਵੀ ਥੋੜ੍ਹਾ ਬਹੁਤਾ ਫਰਜ਼ ਸਾਡਾ ਵੀ ਬਣਦਾ। ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ, ਕਿੱਥੇ ਚਲਾ ਗਿਆ ਸਿੱਖ? ਇਹੋ ਵਜ੍ਹਾ ਹੈ ਕਿ ਅੱਜ ਨੌਜਵਾਨ ਵਰਗ ਨੂੰ ਉਹ ਦਿਸ ਨਹੀਂ ਰਿਹਾ ਜੋ ਗੁਰੂ ਸਾਹਿਬ ਦੀ ਬਾਣੀ ਦੱਸਦੀ ਸੀ ਸਾਨੂੰ, ਨਹੀਂ ਦਿਸ ਰਿਹਾ। ਵਜ੍ਹਾ ਕੀ ਹੈ? ਅਸੀਂ ਇਲਜ਼ਾਮ ਦੂਜੇ 'ਤੇ ਲਾਉਂਦੇ, ਉਹਨੇ ਲੜਾਈ ਸਾਡੇ, ਕੋਈ ਕਿਸੇ ਦੇ ਘਰ ਲੜਾਈ ਨਹੀਂ ਪਾ ਸਕਦਾ। ਜੇ ਤੁਸੀਂ ਵੇਖਿਆ ਜੁਆਇੰਟ ਫੈਮਿਲੀ ਹੋਵੇ, ਪਤੀ ਪਤਨੀ ਬੈਠੇ ਹੋਣ, ਕੋਈ ਕੰਨ ਭਰ ਦੇਵੇ ਵੱਡੇ ਭਰਾ ਦੇ, ਅਤੇ ਸਾਂਝਿਆਂ ਪਰਿਵਾਰਾਂ 'ਚ ਪਤਾ ਕਹਿੰਦੇ ਨੇ, ਕਹਿੰਦੇ ਭਰਾ ਬਾਹਰੋਂ ਤੈਨੂੰ ਕੋਈ ਜੋ ਮਰਜ਼ੀ ਕਵੇ ਸ਼ਾਮ ਨੂੰ ਆਣ ਕੇ ਆਪਾਂ ਇਕੱਠੇ ਇੱਕ ਦੂਜੇ ਨੂੰ ਪੁੱਛ ਲਿਆ ਕਰਨਾ, ਤੂੰ ਮੈਨੂੰ ਪੁੱਛ ਲਈ ਮੈਂ ਤੈਨੂੰ ਪੁੱਛ ਲੂੰ। ਸਾਰੀ ਦੁਨੀਆ ਘਰ ਦੇ ਵਿੱਚ ਬਟਵਾਰਾ ਕਰਨੀ ਚਾਹੇ, ਨਹੀਂ ਹੋਏਗਾ ਬਟਵਾਰਾ ਜੇ ਦੋਵਾਂ ਭਰਾਵਾਂ 'ਚ ਪਿਆਰ ਹੈ, ਅਤੇ ਜੇ ਕੰਨਾਂ ਦੇ ਕੱਚੇ ਨੇ ਫਿਰ ਉਹਨਾਂ ਨੂੰ ਕੋਈ ਘਰ 'ਚ ਇਕੱਠਿਆਂ, ਭਾਵੇਂ ਹਸਬੈਂਡ ਵਾਈਫ ਹੈ ਭਾਵੇਂ ਭਰਾ ਭਰਾ। ਇੱਥੇ ਗੁਰਦੇਵ ਜੀ ਕਹਿੰਦੇ ਪੰਚ ਵਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰੇ ਯਾਰ ਬਹੁ ਸੰਤਾਵੇਂ ਆਇਓ। ਹੁਣ ਮੈਂ ਕਿੱਥੇ ਆਇਆ? ਸ਼ਰਨ ਤੁਹਾਰੇ ਮੈਂ ਤੁਹਾਡੇ ਕੋਲ ਆਇਆ। ਹੁਣ ਸੁਣਿਓ ਧਿਆਨ ਨਾਲ, ਜਦੋਂ ਕਿਸੇ ਦੀ ਬਿਮਾਰੀ ਵਿਗੜ ਜਾਏ ਉਹ ਡਾਕਟਰ ਕੋਲ ਜਾਂਦਾ, ਅਤੇ ਡਾਕਟਰ ਇਹ ਤਾਂ ਪੁੱਛਦਾ ਹੀ ਹੈ ਨਾ ਇਹ ਬਿਮਾਰੀ ਕਿੰਨੀ ਕੁ ਪੁਰਾਣੀ ਹੈ। ਬੰਦਾ ਦੱਸਦਾ ਜੀ 4 ਸਾਲ ਪੁਰਾਣਾ ਬੁਖਾਰ ਹੈ, ਟਾਈਫਾਇਡ ਹੈ, ਵਿਗੜ ਗਿਆ, 5 ਸਾਲ ਦਵਾਈ ਖਾਧੀ ਹੈ, ਸੂਤਰ ਨਹੀਂ ਆ ਰਿਹਾ। ਉਹ ਅੱਗੇ ਪੁੱਛਦਾ ਤਾਂ ਹੈ ਨਾ ਕਿੱਥੋਂ ਕਿੱਥੋਂ ਦਵਾਈ ਖਾਧੀ ਹੈ, ਰਿਪੋਰਟ ਹੈ ਕੋਈ, ਪੁੱਛਦਾ ਹੈ ਨਾ। ਆਪਾਂ ਫਿਰ ਕੀ ਦੱਸਦੇ ਹਾਂ? ਫਲਾਣੇ ਡਾਕਟਰ ਕੋਲੋਂ ਦਵਾਈ ਖਾਧੀ, ਆਹ ਰਿਪੋਰਟਾਂ ਨੇ। ਇੱਦਾਂ ਹੀ ਗੁਰੂ ਪਾਤਸ਼ਾਹ ਦੀ ਬਾਣੀ ਕਹਿੰਦੀ ਜਦੋਂ ਮੈਂ ਪਰਮੇਸ਼ਰ ਕੋਲ ਗਿਆ, ਰੱਬ ਕੋਲ ਗਿਆ, ਰੱਬ ਕਿੱਥੇ ਮੇਰੇ ਅੰਦਰ? ਜਾਣਾ ਕਿੱਥੇ ਸੀ ਮੈਂ ਜਦੋਂ ਆਪਣੇ ਅੰਤਰ ਆਤਮੇ ਟਿਕਿਆ? ਉਹਨੇ ਮੈਨੂੰ ਪੁੱਛਿਆ ਵੀ ਆਹ ਜਿਹੜੇ 5 ਵਕਾਰ ਤੈਨੂੰ ਸਤਾਉਂਦੇ ਨੇ ਇਹਦਾ ਇਲਾਜ ਕਰਾਉਣ ਲਈ ਕੋਈ ਉਪਰਾਲਾ ਕੀਤਾ ਜੀ? ਕੋਈ ਦਵਾਈ ਖਾਧੀ ਹੋ? ਕੋਈ ਡਾਕਟਰ ਕੋ ਆ? ਕਹਿੰਦੇ ਹਾਂਜੀ। ਕੀ ਕੀਤਾ? ਪਾਠ ਪੜਿਓ, ਆਯੁਰਵੇਦ ਵਿਚਾਰਿਓ, ਨਿਵਲ ਪਿਆੰਗਮ ਸਾਧੇ ਪੁੱਠੇ ਸਿੱਧੇ, ਨਿਯੋਲੀਕਰਮ ਵੀ ਕੀਤੇ, ਯੋਗ ਸਮਾਧੀਆਂ ਵੀ ਲਾਈਆਂ, ਪਾਠ ਵੀ ਬੜੇ ਪੜੇ, ਮੰਤਰ ਵੀ ਬੜੇ ਪੜੇ। ਪਾਠ ਪੜਿਓ, ਪੜੋ ਸਾਰੇ, ਆਯੁਰਵੇਦ ਵਿਚਾਰਿਓ, ਨਿਵਲ ਪਿਆੰਗਮ ਸਾਧੇ, ਪਰ ਪੰਚ ਜਨਾ ਸਿਓ ਘਟਣੇ ਚਾਹੀਦੇ ਸੀ ਨਾ, ਬਾਪੂ ਕੰਮ ਉਲਟਾ ਹੋ ਗਿਆ, ਹੋਰ ਵੱਧ ਗਏ। ਮੈਨੂੰ ਇੰਝ ਲੱਗਣ ਲੱਗ ਪਿਆ ਇਹਦੇ ਪਾਠ ਨਹੀਂ ਕਰਦੇ ਤਾਂ ਥੱਲੇ ਹੈ ਮੇਰੇ ਤੋਂ, ਮੈਂ ਤੇ ਤੋਂ, ਇਹ ਤਾਂ ਸ਼ਨਾਨੀ ਨਹੀਂ ਹੈਗਾ, ਇਹਨੇ ਤਾਂ 1 ਤਖ਼ਤ 'ਤੇ ਵੀ ਨਹੀਂ ਗਿਆ, ਮੈਂ ਤਾਂ 5 ਤਖ਼ਤਾਂ ਦੀ ਯਾਤਰਾ ਕਰ ਆਇਆ, ਇਹ ਤਾਂ ਉੱਠਦਾ ਹੀ 6 ਵਜੇ ਹੈ, ਮੈਂ ਤਾਂ 4 ਵਜੇ ਉੱਠ ਪੈਂਦਾ। ਪਾਠ ਪੜਿਓ, ਆਯੁਰਵੇਦ ਵਿਚਾਰਿਓ, ਨਿਵਲ ਪਿਆੰਗਮ ਸਾਧੇ, ਪਰ ਪੰਚ ਜਨਾ ਸਿਓ ਸੰਗ ਨਾ ਛੁਟਕਿਓ। 5 ਨਾਲੋਂ ਨਾਤਾ ਟੁੱਟਣਾ ਚਾਹੀਦਾ ਸੀ ਨਾ। ਅਧਿਕ ਅਹਮ ਬੁੱਧ ਵੱਧਦੇ, ਜ਼ਿਆਦਾ ਹੰਕਾਰ 'ਚ ਵੱਧਦੇ, ਪਿਆਰੇ ਇਨ ਬਿਦ ਮਿਲਣ ਨਾ ਜਾਈ। ਆਹ ਤਰੀਕਾ ਥੋੜ੍ਹਾ ਜਿਹਾ ਤੂੰ ਅਪਣਾ ਕੇ ਬੈਠਾ ਮਹਾਰਾਜ ਕਹਿੰਦੇ, ਮੈਂ ਕੀਏ ਕਰਮਾਂ ਨੇਕਾਂ, ਹਾਰ ਪਰਿਓ ਸਵਾਮੀ ਕਹਿ ਦੁਆਰੇ। ਪੜੋ, ਬੁੱਧੀ ਜੈ ਬੁੱਧ ਵਿਵੇਕਾ, ਵਿਵੇਕ ਬੁੱਧ ਮਿਲੀ ਮੈਨੂੰ ਗੁਰੂ ਕੋਲ ਆਣ ਕੇ। ਕਰ ਕਰ ਹਾਰਿਓ ਅਣਕ ਬਹੁ ਭਾਂਤੀ, ਬੜੇ ਤਰੀਕੇ ਵਰਤ ਕੇ ਵੇਖੇ, ਪਾਠ ਵੀ ਕਰਕੇ ਵੇਖੇ, ਇਸ਼ਨਾਨ ਵੀ ਕਰਕੇ ਵੇਖੇ, ਸਮਾਧੀਆਂ ਲਾ ਕੇ ਵੀ ਵੇਖੀਆਂ, ਪਰ ਬਾਪੂ 5 ਨਾਲੋਂ ਨਾਤਾ ਟੁੱਟਣ ਦੀ ਬਜਾਏ ਤੀਰਥ ਪੜੋ, ਵਰਤ ਅਰਦਾਨ ਕਰ। ਅੱਗੇ ਕੀ ਹੈ? ਮਨ ਮੈਂ ਧਰੇ ਗੁਮਾਨ, ਹੰਕਾਰ ਘਟਣ ਦੀ ਬਜਾਏ ਹੰਕਾਰ ਹੋਰ ਵੱਧ ਗਿਆ। ਮੇਰੇ ਵਰਗਾ ਇਸ਼ਨਾਨੀ ਕੋਈ ਨਹੀਂ, ਮੇਰੇ ਵਰਗਾ ਦਾਨੀ ਕੋਈ ਨਹੀਂ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫੁੱਲ ਜਾਤ ਤੇ
ਅੱਛਾ ਬੰਦਾ ਮਾੜਾ ਜਿਹਾ ਵੀ ਕਰਮ ਕਰਦਾ ਦੁਨੀਆਂ ਨੂੰ ਵਿਖਾਉਣਾ ਚਾਹੁੰਦਾ ਚੰਗਾ ਮਾੜਾ ਉਹ ਵੀ ਵਿਖਾਉਣਾ ਚਾਹੁੰਦਾ ਜੀ ਉਹਨੂੰ ਲੁਕਾਉਂਦਾ ਉਹਨੂੰ ਢੱਕਦਾ ਵੀ ਇਹ ਕਿਸੇ ਨੂੰ ਪਤਾ ਨਾ ਲੱਗਦਾ ਮਾੜਾ ਜਿਹਾ ਵੀ ਚੰਗਾ ਕਰਦਾ ਉਛਾਲ ਉਛਾਲ ਕੇ ਦੱਸਦਾ ਦੂਜੇ ਘਰ ਘਰ ਹਾਰਿਓ ਬੜੇ ਤਰੀਕੇ ਵਰਤ ਕੇ ਵੇਖੇ ਅਨਕ ਬਹੁ ਭਾਂਤੀ ਛੋਡੈ ਕਤੂੰ ਨਾਹੀਂ ਪਰ ਇਹਨਾਂ ਪੰਜਾਂ ਨੇ ਮੇਰਾ ਖਹਿੜਾ ਨਹੀਂ ਛੱਡਿਆ ਬੜੇ ਤੰਗ ਕਰਦੇ ਬਾਪੂ ਨਾ ਘਰ 'ਚ ਬਹਿਣ ਦਿੰਦੇ ਆ ਨਾ ਬਾਹਰ ਬਹਿਣ ਦਿੰਦੇ ਆ ਇੱਕ ਬਾਤ ਸੁਣ ਤਾਂ ਕੀ ਓਟਾ ਇੱਕ ਗੱਲ ਸੁਣ ਕੇ ਮੈਂ ਤੁਹਾਡੀ ਓਟ ਤੱਕ ਲਈ ਹੁਣ ਕਿਹੜੀ ਸਾਧ ਸੰਗ ਮਿਟ ਜਾਹੀ ਕਿ ਸਾਧੂ ਗੁਰੂ ਦੀ ਸੰਗਤ ਵਿੱਚ ਆਣ ਕੇ ਮਿਟ ਜਾਂਦੇ ਆ ਇੱਕ ਵਾਰ ਸਾਰੇ ਕਹੋ ਧੰਨ ਸ੍ਰੀ ਗੁਰੂ ਉੱਚੀ ਬੋਲੋ ਜੀ ਧੰਨ ਸ੍ਰੀ ਗੁਰੂ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਹੁਣ ਤੁਹਾਡੀ ਕਿਰਪਾ ਹੋਈ ਤੇ ਮੈਨੂੰ ਸੰਤ ਗੁਰੂ ਮਿਲ ਪਿਆ ਕਿਹੜਾ ਸੰਤ ਗੁਰੂ ਸ਼ਬਦ ਗੁਰੂ ਗਿਆਨ ਗੁਰੂ ਗੁਰੂ ਅਰਜਨ ਸਾਹਿਬ ਵੇਲੇ ਕਿਹੜਾ ਇਹੋ ਜਿਹਾ ਸੰਤ ਹੋਏਗਾ ਜਿਹਦੇ ਬਾਰੇ ਭਾਈ ਗੁਰਦਾਸ ਪੁੱਛਦੇ ਸਕਦੇ ਸੀ ਨਾ ਮਹਾਰਾਜ ਕਿਹੜੇ ਸੰਤ ਦੀ ਗੱਲ ਕਰਦੇ ਜਿਹੜਾ ਮਿਲ ਪਿਆ ਉਹ ਤਾਂ ਇੱਕੋ ਸੰਤ ਹੈ ਜਿਹੜਾ ਜੰਮਣ ਮਨ ਤੋਂ ਭਾਗ ਹੋਆ ਗੁਰ ਸੰਤ ਮਿਲਾਇਆ ਉਹ ਕਿਹੜਾ ਸੰਤ ਜਿਹੜਾ ਗੁਰੂ ਮਿਲਾਉਂਦਾ ਉਹ ਆ ਹੈ ਪ੍ਰਭ ਅਵਿਨਾਸੀ ਕਰਮ ਹੈ ਪਾਇਆ ਉਹ ਪ੍ਰਭੂ ਸੰਤ ਹੈ ਜਿਹੜਾ ਕਦੀ ਜੰਮਦਾ ਨਹੀਂ ਅਤੇ ਜਿਹੜਾ ਕਦੀ ਮਰਦਾ ਨਹੀਂ ਉਹ ਇੱਕੋ ਹੀ ਸੰਤ ਹੈ ਜਿਹੜਾ ਜੰਮਣ ਮਰਨ ਤੋਂ ਰਹਿਤ ਦਿਆਂ ਮਗਰ ਭਜੋਗੇ ਇੱਕ ਦੇਹ ਲੱਭੋਗੇ ਫਿਰ ਦੂਜੀ ਦੇਹ ਲੱਭਣੀ ਪੈਣੀ ਹੈ ਫਿਰ ਤੀਜੀ ਦੇਹ ਲੱਭਣੀ ਪੈਣੀ ਹੈ ਸ਼ਬਦ ਗੁਰੂ ਨਾਲ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਵਿਨਾਸੀ ਘਰ ਮੈਂ ਪਾਇਆ ਕਰ ਕਿਰਪਾ ਸੰਤ ਮਿਲਿਆ ਮੋਹ ਹੁਣ ਜਦੋਂ ਇਹਨਾਂ ਸ਼ਬਦਾਂ ਦੀ ਵਿਆਖਿਆ ਡੇਰਿਆਂ 'ਚ ਹੁੰਦੀ ਹੈ ਉਹ ਜਦੋਂ ਕਹਿੰਦੇ ਭਾਗ ਹੋਆ ਗੁਰ ਸੰਤ ਮਿਲਾਇਆ ਜਾਂ ਕਰ ਕਿਰਪਾ ਸੰਤ ਮਿਲੇ ਮੋਹੇ ਜਿਹੜੇ ਉੱਥੇ ਸਰੋਤੇ ਬੈਠੇ ਹੁੰਦੇ ਨੇ ਉਹਨਾਂ ਦੇ ਦਿਮਾਗ 'ਚ ਕਿਹੜੇ ਸੰਤ ਦੀ ਤਸਵੀਰ ਜਾਂਦੀ ਆਪੇ ਬੋਲ ਕੇ ਦੱਸੋ ਜਿੱਥੇ ਗਏ ਹੁੰਦੇ ਨੇ ਵੀ ਬੜੇ ਟਿਕਾਣੇ ਆਏ ਆ ਮਹਾਰਾਜ ਵੇਖ ਲਓ ਕਿੰਨੇ ਸਾਲ ਪਹਿਲਾਂ ਲੈ ਗਿਆ ਹੁਣ ਜਿਹੜਾ ਸੌਦੇ ਵਾਲਾ ਪੰਚਕੂਲੇ ਤੋਂ ਉਹਨੂੰ ਹੈਲੀਕਾਪਟਰ 'ਚ ਚੜ੍ਹਾ ਕੇ ਲੈ ਗਏ ਉਹਨੂੰ ਮੰਨਣ ਵਾਲੇ ਉਹਨੂੰ ਮੰਨੀ ਜਾਂਦੇ ਹੋਣੇ ਆ ਅਤੇ ਜਿਹਨਾਂ ਦੇ ਜਿਹੜੇ ਸਾਡੇ ਆਪਣੇ ਆ ਉਹ ਕਹਿੰਦੇ ਬੜੇ ਟਿਕਾਣੇ ਆ ਗਏ ਆ ਬੜੀ ਰੱਬ ਨੇ ਕਿਰਪਾ ਕੀਤੀ ਹੈ ਸਾਨੂੰ ਦੇਹਾਂ ਮਗਰ ਨਹੀਂ ਸੀ ਲਾਇਆ ਸਰੀਰਾਂ ਦਾ ਉਪਾਸ਼ਕ ਨਹੀਂ ਸੀ ਬਣਾਇਆ ਸਾਨੂੰ ਸ਼ਬਦ ਗੁਰੂ ਨਾਲ ਜੋੜਿਆ ਸੀ ਗਿਆਨ ਗੁਰੂ ਨਾਲ ਜੁੜਿਆ ਸੀ ਇਹ ਗੱਲ ਹਜ਼ਮ ਕਰਨੀ ਪੈਣੀ ਕਰ ਕਿਰਪਾ ਸੰਤ ਮਿਲੇ ਮੋਹੇ ਇਸ ਤੋਂ ਵੀ ਗੱਲ ਕਲੀਅਰ ਹੋ ਜਾਣੀ ਅੱਗੇ ਜਾ ਕੇ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਧੀਰਜ ਪਾਇਆ ਸੰਤ ਦੇ ਕੋਲ ਜਾ ਕੇ ਉਹ ਧੀਰਜ ਮਿਲ ਪਿਆ ਅੱਜ ਦੱਸਿਓ ਕਿਹਦੇ ਕੋਲ ਧੀਰਜ ਹੈਗਾ ਜੀ ਉਹ ਬੋਲੋ ਪਿਆਰੇ ਉਹ ਧੀਰਜ ਗੁਆਚ ਗਿਆ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਧੀਰਜ ਪਾਇਆ ਉਹਦੇ ਕੋਲੋਂ ਮੈਨੂੰ ਧੀਰਜ ਮਿਲਿਆ ਟਿਕਾ ਮਿਲਿਆ ਟਿਕਾ ਮਿਲਿਆ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਉ ਮੈਨੂੰ ਸੰਤ ਗੁਰੂ ਨੇ ਉਹ ਮੰਤਰ ਦਿੱਤਾ ਜਿਹਨੇ ਮੈਨੂੰ ਨਿਰਭਉ ਕਰਤਾ ਗੁਰ ਕਾ ਸ਼ਬਦ ਕਮਾਇਆ ਅੱਗੇ ਆ ਗਿਆ ਨਾ ਗੁਰੂ ਇਹ ਤਰੀਕਾ ਹੈ ਬਾਣੀ ਲਿਖਣ ਦਾ ਉੱਤੇ ਸੰਤ ਲਿਖਤਾ ਥੱਲੇ ਲਿਖ ਦਿੱਤਾ ਜਾ ਕੇ ਭੁਲੇਖਾ ਨਾ ਖਾ ਜਿਓ ਮੈਂ ਇਸ ਸੰਤ ਦੀ ਗੱਲ ਕਰ ਰਿਹਾ ਗੁਰ ਕਾ ਸ਼ਬਦ ਕਮਾਇਆ ਗੁਰੂ ਦਾ ਸ਼ਬਦ ਕਮਾਉਣਾ ਹੀ ਸੰਤ ਗੁਰੂ ਦੇ ਕੋਲ ਆਉਣਾ ਹੈ ਇੱਕ ਵਾਰ ਸਾਰੇ ਕਹੋ ਧੰਨ ਸ੍ਰੀ ਗੁਰੂ ਇਹ ਵਾਰ ਵਾਰ ਪਤਾ ਕਿਉਂ ਕਹਿਣਾ ਪੈਂਦਾ ਸੁਰਤ ਵਿੱਚ ਗੱਲ ਬਹਿ ਜਾਏ ਵੀ ਸਾਡਾ ਉਹ ਗੁਰੂ ਸੰਤ ਹੈ ਜਿਹੜਾ ਜੰਮਣ ਮਰਨ ਤੋਂ ਰਹਿਤ ਹੈ ਜਿਹੜਾ ਸਾਡੀ ਜੀਵਨ ਦੀ ਅਗਵਾਈ ਕਰਦਾ ਹੈ ਹੁਣ ਮੈਂ ਆ ਗਿਆ ਗੁਰੂ ਸੰਤ ਦੇ ਕੋਲ ਮਹਾਰਾਜ ਕੀ ਕਰੀਏ ਹੁਣ ਕਹਿੰਦੇ ਆਹ ਹੋ ਗਿਆ ਕੰਮ ਹੁਣ ਕੀ ਹੋ ਗਿਆ ਜੀਤ ਲਏ ਜਿਨ੍ਹਾਂ ਨੇ ਮੇਰੇ ਸਿਰ ਦੇ ਉੱਤੇ ਸਵਾਰੀ ਕੀਤੀ ਸੀ ਹੁਣ ਮੈਂ ਜਿੱਤ ਲਏ ਜੀਤ ਲਏ ਓਏ ਮਹਾਂ ਬਿਖਾਦੀ ਉਹਦੇ ਅੱਤ ਦੇ ਬਿਖਾਦੀ ਸੀ ਨਾ ਲੜਾਈ ਕਰਨ ਵਾਲੇ ਉਹ ਜਿੱਤ ਲਏ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਧੀਰਜ ਪਾਇਆ ਇੱਥੋਂ ਗੱਲ ਸ਼ੁਰੂ ਹੋਈ ਜੀਤ ਲਏ ਓਏ ਮਹਾਂ ਬਿਖਾਦੀ ਸਹਿਜ ਸੁਹੇਲੀ ਬਾਣੀ ਸਹਿਜ ਵਿੱਚ ਰੱਖਣ ਵਾਲੀ ਸੁੱਖ ਦੇਣ ਵਾਲੀ
ਬਾਣੀ ਦੀ ਬਦੌਲਤ ਮੈਂ ਉਹਨਾਂ ਪੰਜਾਂ ਨੂੰ ਨੱਥ ਪਾ ਲਈ, ਨਰੜ ਕੇ ਸੁੱਟ ਲਿਆ, ਪਟਕਾ ਕੇ ਮਾਰਿਆ। ਹੋਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦਮਾਲੜਾ, ਸਭ ਹੋਈ ਸਿੰਜ ਇਕੱਠਿਆ, ਦਈ ਬੈਠਾ ਵੇਖਿਆ ਆਪ ਜੀਓ। ਜਦੋਂ ਸਿੰਜ ਪੈਂਦੀ ਹੈ, ਭਲਵਾਨ ਹੱਥ 'ਚ ਕੱਪੜਾ ਲੈ ਕੇ ਨਾ ਰਮਾਲੀ, ਇੱਦਾਂ ਬੰਨੇ ਬੰਨੇ ਆਉਂਦਾ, ਕੋਈ ਹੈ ਮੇਰੇ ਨਾਲ ਕੁਸ਼ਤੀ ਕਰਨ ਵਾਲਾ? ਅਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਹਾਂ ਮੈਂ ਗੁਸਾਈ ਦਾ ਨਿਕਲਾ ਜਿਹਾ ਪਹਿਲਵਾਨ ਆ, ਇਹ ਪੰਜ ਮੇਰੇ ਨਾਲ ਘੋਲ ਨਾ ਆਏ। ਮੈਂ ਕਿਹਾ ਬਾਪੂ ਥਾਪੀ ਦੇ, ਇਹਨਾਂ ਪੰਜਾਂ ਨਾਲ ਮੁਕਾਬਲਾ ਹੋਣ ਲੱਗਾ ਮੇਰਾ। ਹਾਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦਮਾਲੜਾ, ਸਭ ਹੋਈ ਸਿੰਜ ਇਕੱਠਿਆ। ਸਿੰਜ ਪੈਂਦੀ ਹੈ ਨਾ, ਬੰਨੇ ਬੰਨੇ ਪਬਲਿਕ ਪਾਸ ਜਾਣ ਕੇ ਬਹਿੰਦੀ ਹੈ। ਦਈ ਬੈਠਾ ਵੇਖਿਆ ਆਪ ਜੀਓ, ਉਹ ਆਪ ਬੈਠਾ ਆਣ ਕੇ ਵੇਖ ਰਿਹਾ। ਹੁਣ ਮੈਂ ਕੀਤਾ ਨਿਹੱਥੇ ਪੰਜ ਜਵਾਨ ਜੀਓ, ਮੈਂ ਨੇਣ ਕੇ ਸੁੱਟ ਲਏ। ਜੋਏ ਦੂਤ ਮੋਏ ਬਹੁਤ ਸੰਤਾਵਤ, ਹੁਣ ਲਾਲਚ ਕਹਿੰਦਾ ਭਰਾ ਨਾ ਲੜ, ਹੁਣ ਤੁਹਾਡੇ 'ਤੇ ਡਿਪੈਂਡ ਕਰਦਾ ਲਾਲਚ ਦੇ ਆਖੇ ਲੱਗਣਾ ਕਿ ਭਰਾ ਵੱਲ ਵੇਖਣਾ। ਜੇ ਲਾਲਚ ਦੇ ਆਖੇ ਲੱਗ ਗਏ ਲੜਾਈ ਪੈ ਜੂ, ਜੇ ਇੱਦਾਂ ਕਹੋ ਲਾਲਚ ਪਰਾਂ ਹੋ ਜਾ, ਇਹ ਆਪਣੇ ਮੂੰਹ 'ਚੋਂ ਕੱਢ ਕੇ ਮੈਨੂੰ ਖਵਾਉਂਦਾ ਰਿਹਾ, ਮੈਂ ਇਹਦੇ ਕੱਪੜੇ ਪਾਉਂਦਾ ਰਿਹਾ, ਇਹ ਆਪ ਨਹੀਂ ਪੜ੍ਹਿਆ ਮੈਨੂੰ ਪੜ੍ਹਾਇਆ ਇਹਨੇ, ਬੱਚਿਆਂ ਨੂੰ ਦੱਸ ਆਪਣਿਆਂ ਨੂੰ ਵੀ ਆਪ ਨਹੀਂ ਪੜ੍ਹ ਸਕਿਆ ਇਹ, ਜਦੋਂ ਇਹਦਾ ਸਕੂਲ ਜਾਣ ਦਾ ਟਾਈਮ ਸੀ ਇਹਨੇ ਉਹ ਦਿਨ ਮੇਰੇ 'ਤੇ ਲਾ ਤੇ। ਲੜਾਈ ਨਹੀਂ ਪਵੇਗੀ ਘਰ 'ਚ, ਕਲੇਸ਼ ਨਹੀਂ ਪਵੇਗਾ। ਜਦੋਂ ਤੂੰ ਲਾਲਚ ਦੇ ਆਖੇ ਲੱਗ ਗਿਆ ਫਿਰ ਘਰ 'ਚ ਕਦੀ ਨਹੀਂ ਵਸ ਪਾਏਗਾ। ਲਾਲਚ ਬੜੀ ਖਤਰਨਾਕ, ਲਾਲਚ ਨੂੰ ਬਾਣੀ 'ਚ ਕੁੱਤਾ ਆਖਿਆ, ਲੱਭ ਕੁੱਤਾ। ਲਾਲਚ ਦਾ ਕੁੱਤਾ ਦਿਮਾਗ 'ਚ ਬੈਠਾ ਜਿਹੜਾ ਤੈਨੂੰ ਇੱਕ ਥਾਂ 'ਤੇ ਟਿਕਣ ਨਹੀਂ ਦਿੰਦਾ। ਤੂੰ ਅਖੀਰਲੀਆਂ ਤੁਕਾਂ ਨੇ ਜੀਤ ਲਏ, ਕੋਈ ਮਹਾਂ ਬਿਖਾਦੀ ਸਹਿਜ ਸੁਹੇਲੀ ਬਾਣੀ, ਅਤੇ ਅਖੀਰ 'ਤੇ ਪਾਤਸ਼ਾਹ ਜੀ ਪਤਾ ਕਹਿੰਦੇ ਨੇ, ਕਹੋ ਨਾਨਕ ਮਨ ਪਿਆ ਪ੍ਰਗਾਸਾ। ਹੁਣ ਘਰ ਬੜਾ ਵਧੀਆ ਹੋਵੇ ਅਤੇ ਰਾਤ ਨੂੰ ਚਾਨਣ ਨਾ ਹੋਵੇ, ਉਹ 'ਚ ਸਾਰਾ ਪਰਿਵਾਰ ਬੈਠਾ ਹੋਵੇ, ਦਿੱਕਤ ਆਉਂਦੀ ਹੈ ਨਾ। ਤੁਸੀਂ ਤਾਂ ਉਹਨਾਂ ਕੰਟਰੀਆਂ 'ਚ ਬੈਠੇ ਜੇ ਜਿਨ੍ਹਾਂ 'ਚ ਕਦੀ ਲਾਈਟ, ਉੱਚੀ ਬੋਲੋ ਜੀ, ਗਈ ਨਹੀਂ, ਜਾਂਦੀ ਨਹੀਂ, ਚਾਨਣ ਹੈ। ਹੁਣ ਅੰਦਾਜ਼ਾ ਲਾਓ, ਇੱਦਾਂ ਪਰਿਵਾਰ ਸਾਰਾ ਬੈਠਾ ਹੈ, ਘਰ ਬੜਾ ਵਧੀਆ ਪਰ ਚਾਨਣ ਹੈ ਨਹੀਂ, ਮੁਸ਼ਕਲ ਆ ਰਹੀ ਹੈ ਨਾ ਜੀ ਘਰ 'ਚ ਰਹਿਣ ਲਈ? ਬੋਲੋ ਭਾਈ, ਆ ਰਹੀ ਹੈ ਨਾ। ਹੁਣ ਮਹਾਰਾਜ ਕਹਿੰਦੇ ਨੇ, ਜਿਸ ਘਰ 'ਚ ਸਰੀਰ ਨੇ ਰਹਿਣਾ ਉੱਥੇ ਤਾਂ ਇੰਨੀਆਂ ਲਾਈਟਾਂ ਲਾ ਲਈਆਂ, ਜਿੱਥੇ ਮਨ ਨੇ ਰਹਿਣਾ ਉੱਥੇ ਤਾਂ ਹਨੇਰਾ ਹੀ ਹਨੇਰਾ ਹੈ, ਉੱਥੇ ਵੀ ਚਾਨਣ ਕਰ ਲਾ। ਮਹਾਰਾਜ ਉਹ ਕਿੱਦਾਂ ਹੋਣਾ? ਕਹਿੰਦੇ ਚੰਗੇ ਕੰਮ ਕਰਿਆ ਕਰ, ਚੰਗੀ ਸੋਚ ਲੈ ਕੇ ਆ, ਗੁਰੂ ਦੀ ਬਾਣੀ ਦੀ ਵਿਚਾਰ ਕਰਿਆ ਕਰ, ਇਹ ਲਾਈਟ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨ ਆਏ। ਕਹੋ ਨਾਨਕ ਮਨ ਪਿਆ ਪ੍ਰਗਾਸਾ, ਮਨ ਵਿੱਚ ਪ੍ਰਗਾਸ਼ ਹੋ ਗਿਆ, ਮਨ ਵਿੱਚ ਚਾਨਣ ਹੋ ਗਿਆ। ਪਾਇਆ ਪਦ ਨਿਰਬਾਣੀ, ਉਹ ਪਦ ਉਹ ਅਵਸਥਾ ਪ੍ਰਾਪਤ ਕਰ ਲਈ ਜਿੱਥੇ ਹੁਣ ਕੋਈ ਵੀ ਵਿਕਾਰ ਮੈਨੂੰ ਡੇਗਣ ਨਹੀਂ ਆਉਂਦਾ, ਮੈਂ ਵਿਕਾਰਾਂ ਦਾ ਮੁਕਾਬਲਾ ਕਰਨ ਲੱਗ ਪਿਆ। ਇਹ ਤਾਕਤ ਗੁਰੂ ਦੀ ਬਾਣੀ ਮਨੁੱਖ ਨੂੰ ਬਖਸ਼ਿਸ਼ ਕਰਦੀ ਹੈ। ਆਓ ਉਹ ਸੋਚ ਗੁਰੂ ਕੋਲ ਲੈ ਕੇ ਤੁਰੀਏ, ਜਿਹੜੀ ਸੋਚ ਸਾਡਾ ਜੀਵਨ ਉੱਚਾ ਚੁੱਕਦੀ ਹੈ, ਸਾਡਾ ਜੀਵਨ ਵਧੀਆ ਚੁੱਕਦੀ ਹੈ। ਗੁਰੂ ਦੀ ਬਾਣੀ ਪੜ੍ਹੀਏ, ਵਿਚਾਰੀਏ, ਸਮਝੀਏ, ਇਹੋ ਸਾਨੂੰ ਸਤਿਗੁਰੂ ਦੀ ਬਾਣੀ ਸਿਖਾਉਂਦੀ ਹੈ। ਜ਼ਿੰਦਗੀ ਮਿਲ ਗਈ ਹੈ, ਇਸ ਜ਼ਿੰਦਗੀ ਨੂੰ ਕਿੱਦਾਂ ਦਾ ਜਿਉਣਾ ਇਹ ਡਿਪੈਂਡ ਹੁਣ ਤੇਰੇ 'ਤੇ ਹੈ ਭਾਈ। ਤੂੰ ਰੋ ਕੇ ਜਿਉਣੀ ਹੈ, ਹੱਸ ਕੇ ਜਿਉਣੀ ਹੈ, ਡਿੱਗ ਕੇ ਜਿਉਣੀ ਹੈ, ਜਾਂ ਖੜ੍ਹੇ ਹੋ ਕੇ ਜਿਉਣੀ ਹੈ, ਇਹ ਤੇਰੇ 'ਤੇ ਡਿਪੈਂਡ ਕਰਦਾ ਹੈ। ਜੀਵਨ ਤੇਰੇ 'ਤੇ ਡਿਪੈਂਡ ਕਰਦਾ। ਕਈ ਥੋੜ੍ਹਿਆਂ ਸਾਲਾਂ 'ਚ ਇੱਦਾਂ ਦੀ ਜ਼ਿੰਦਗੀ ਜੂ ਕੇ ਜਾਂਦੇ ਨੇ, ਮਰਨ ਤੋਂ ਬਾਅਦ ਵੀ ਲੋਕ ਉਹਨਾਂ ਦੀਆਂ ਗੱਲਾਂ ਕਰਦੇ ਨੇ, ਕਈ 100-80 ਸਾਲ ਵੀ ਭੋਗ ਕੇ ਜਾਂਦੇ ਨੇ, ਗੁਆਂਢੀਆਂ ਨੂੰ ਨਹੀਂ ਪਤਾ ਹੁੰਦਾ ਵੀ ਕੋਈ ਦੁਨੀਆਂ 'ਤੇ ਗਿਆ ਹੈ। 7 ਸਾਲ ਦੇ ਬਾਬਾ ਫਤਿਹ ਸਿੰਘ ਜਦੋਂ ਸਰੀਰਕ ਤੌਰ 'ਤੇ ਦੁਨੀਆਂ ਤੋਂ ਜਾਂਦੇ ਨੇ, ਦੁਨੀਆਂ ਯਾਦ ਕਰਦੀ ਹੈ। ਇੱਦਾਂ ਦੇ ਯੋਧੇ ਹਰ ਘਰ ਵਿੱਚ ਪੈਦਾ ਹੋਣ, ਇੱਦਾਂ ਦੇ ਲਾਇਕ ਬੱਚੇ ਹਰ ਮਾਂ ਦੀ ਕੁੱਖ ਤੋਂ ਪੈਦਾ ਹੋਣ। ਕੁਝ ਉਹ ਵੀ ਹੁੰਦੇ ਨੇ ਜਿਹੜੇ ਸੰਸਾਰ 'ਤੇ ਆਏ ਨਾ ਆਏ, ਇੱਕ ਬਰਾਬਰ ਹੁੰਦੇ ਨੇ। ਆਓ ਗੁਰੂ ਬਖਸ਼ਿਸ਼ ਕਰੇ, ਆਪਣੇ ਅੰਦਰ ਸੱਚ ਦੀ ਵਿਚਾਰ ਲੈ ਕੇ ਆਈਏ, ਅਤੇ ਇਹ ਕਹੀਏ, ਦਾਤਾ ਮੈਨੂੰ ਬਚਾ ਕਿਹਦੇ ਤੋਂ? ਉਹਨਾਂ ਪੰਜਾਂ ਵਿਕਾਰਾਂ ਤੋਂ ਜਿਹੜੇ ਮੈਨੂੰ ਇੱਕ ਥਾਂ 'ਤੇ ਟਿਕਣ ਨਹੀਂ ਦਿੰਦੇ, ਜਿਨ੍ਹਾਂ ਨੇ ਮੈਨੂੰ ਬੇਚੈਨ ਕੀਤਾ ਹੋਇਆ। ਅਖੀਰ 'ਤੇ ਇਹਨਾਂ ਤੁਕਾਂ ਦਾ ਪਾਠ ਕਰਕੇ ਸਮਾਪਤੀ ਹੈ। ਬੜੇ ਪਿਆਰ ਨਾਲ ਸਾਰੀ ਸੰਗਤ ਪੜ੍ਹੋ ਜੀ। ਰਾਖ ਪਿਤਾ ਪ੍ਰਭ ਮੇਰੇ, ਰਾਖ ਪਿਤਾ ਪ੍ਰਭ ਮੇਰੇ, ਰਾਖ ਪਿਤਾ ਪ੍ਰਭ,
राख पिता प्रभ मेरे राख पिता प्रभ मेरे राख पिता प्रभ मेरे मोहे निर्गुण सब गुण तेरे मोहे निर्गुण सब गुण तेरे वाह वाह मोहे निर्गुण सब गुण तेरे मोहे निर्गुण सब गुण तेरे वाह वाह कोटान कोट शुकराना है अकाल पुरख जी का जिन्होंने सानू सालिया नू अकल बुद्ध समर्थ ताकत बख्शिश की है गुरु की बख्शी हुई सोझी मुताबक असी गुरु की गोद में बैठ के शामा दे दीवान की हाजिरी भरी है गुरबाणी दियां विचारां करदे आं जे कोई गल चंगी लगी गुरु की समझ के हिरदे च सोहना साध संगत जी भुल चुक मेरी है आओ आने वाले दीवाना विच वी आने वाले दीवाना च वी रोज़ शाम के दीवाने दे सजणे ने रल मिल के आपां रोज़ गुरबाणी गुरु शब्द दियां विचारां दी सांझ पावांगे आओ सारी संगत अदब सत्कार नाल फतेह बुलाओ ते आनंद साहिब दियां छे पौड़ियां दा रल के पाठ करिए सारी संगत आखो जी वाहिगुरु जी का खालसा वाहिगुरु जी की फतह।